ਮਕਤਲੇ ਇਸ਼ਕ ਕੇ ਅੰਦਾਜ਼ ਨਿਰਾਲੇ ਹੈ ਬਹੁਤ ਦਿਲ ਵੀ ਕਾਤਿਲ ਕੋ ਦਿਆ ਕਰਤੇ ਹੈ ਸਰ ਭੇਟ ਕਰਨੇ ਸੇ ਪਹਿਲੇ ਇੱਥੇ ਦਿਲ ਪੇਟ ਪਹਿਲਾ ਕੀਤਾ ਜਾਂਦਾ ਹੈ ਔਰ ਸਰ ਬਾਦ ਉੱਚ ਦਿੱਤਾ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਜਿਨਾਂ ਦਾ ਸ਼ਹੀਦੀ ਦਿਨ ਔਰ ਜਿਨਾਂ ਦਾ ਜਨਮ ਦਿਨ ਵੀ ਇਸੇ ਹਫਤੇ ਦੇ ਵਿੱਚ ਮਨਾਇਆ ਜਾ ਰਿਹਾ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ 27 ਜਨਵਰੀ 1762 ਨੂੰ ਤਹਿਟ ਨੂੰ ਮਾਤਾ ਜੀਉਣੀ ਔਰ ਭਗਤ ਸੰਧੂ ਜੀ ਦੇ ਘਰ ਵਿਖੇ ਹੋਇਆ 12 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਹਾਜ਼ਰ ਹੋਏ ਔਰ ਅਨੰਦਪੁਰ ਸਾਹਿਬ ਦੇ ਵਿੱਚ ਅੰਮ੍ਰਿਤ ਈ ਦਾਤ ਪ੍ਰਾਪਤ ਕੀਤੀ ਉਸ ਤੋਂ ਬਾਅਦ ਉੱਥੇ ਹੀ ਰਹਿ ਗਏ ਉੱਥੇ ਹੀ ਵਿਦਿਆ ਲਈ ਸਾਰਾ ਕੁਝ ਉੱਥੇ ਹੀ ਹਾਸਲ ਕੀਤਾ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਆਪਦੇ ਨਾਲ ਸਨ ਔਰ ਆਪਦੇ ਸਹਿਪਾਠੀ ਸਨ ਭਾਈ ਰਾਮ ਕੋਇਰ ਸਿੰਘ ਜੀ ਜਿਨ੍ਹਾਂ ਨੇ ਬਾਅਦ ਵਿੱਚ ਦਿੱਲੀ ਵਿੱਚ ਜਾ ਕੇ ਸਿੱਖਾਂ ਨੂੰ ਗੁਰੂ ਦੀਆਂ ਕਹਾਣੀਆਂ ਗੁਰੂ ਦੀਆਂ ਵਾਰਤਾਵਾਂ ਸੁਣਾਇਆ ਕਰਦੇ ਸਨ ਉਹ ਵੀ ਇੱਕ ਮਹਾਨ عظیم ਸ਼ਖਸੀਅਤ ਸੀ ਸੋ ਬਾਬਾ ਜੀ ਨੂੰ ਜਿਹੜੀ ਸੰਗਤ ਪ੍ਰਾਪਤ ਹੋਈ ਉਹ ਵੀ ਕਮਾਲ ਦੀ ਸੀ ਬਖਸ਼ਿਸ਼ ਸਹਬਾਂ ਦੀ ਔਰ ਸੰਗਤ ਵੀ ਉਸ ਬਖਸ਼ਿਸ਼ ਦੇ ਨਾਲ ਜੋ ਪ੍ਰਾਪਤ ਹੋਈ। ਬਾਬਾ ਜੀ ਉਸ ਤੋਂ ਬਾਅਦ ਦਮਦਮਾ ਸਾਹਿਬ ਦੇ ਵਿੱਚ ਆ ਗਏ ਜਿੱਥੇ 48 ਸਿੱਖਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਪਾਵਾਰਥ ਟਿਕਾ ਉਹ ਜਿਹੜਾ ਖੁਦ ਉਹਨਾਂ ਨੇ ਗੁਰੂ ਕਲਗੀਧਰ ਪਿਤਾ ਨੇ ਜੋ ਸਰਵਣ ਕਰਾਇਆ ਆਪ ਉਹਨਾਂ ਦੇ ਵਿੱਚੋਂ ਇੱਕ ਸਿੰਘ ਸਣ ਜਿਨ੍ਹਾਂ ਨੇ ਉਗ੍ਰਹਿਣ ਕੀਤਾ ਬਾਬਾ ਜੀ ਦੀ ਵਿਦਵਤਾ ਔਰ ਬਾਬਾ ਦੀਪ ਸਿੰਘ ਜੀ ਦੀ لیاقت ਉਹਨਾਂ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਮਿਲ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਈ ਬੀੜਾਂ ਤਿਆਰ ਕੀਤੀਆਂ ਔਰ ਉਹ ਤਿਆਰ ਕਰਕੇ ਉਸ ਦੇ ਨਾਲ ਹੀ ਆਪ ਕਰਤਾਰਪੁਰ ਸਾਹਿਬ ਜਾਂਦੇ ਰਹੇ ਕਰਤਾਰਪੁਰ ਦੁਆਬਾ ਜਿੱਥੇ ਗੁਰੂ ਅਰਜਨ ਦੇਵ ਜੀ ਦੀ ਪਹਿਲੀ ਬੀੜ ਉੱਥੇ ਬਿਰਾਜਮਾਨ ਸੀ ਆਪਨੇ ਉਸਦੇ ਨਾਲ ਸਦਾਈ ਕੀਤੀ ਔਰ ਉਥੇ ਕਰਤਾਰਪੁਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਉਹਨਾਂ ਦੀ ਸੇਵਾ ਦੀ ਜ਼ਿੰਮੇਵਾਰੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਆਪਣੇ ਸਿਮ ਜ਼ਿੰਮੇ ਲਈ ਬਾਬਾ ਜੀ ਨੇ ਅਰਬੀ ਅੱਖਰਾਂ ਦੇ ਵਿੱਚ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਇਤਨਾ ਹੀ ਨਹੀਂ ਜੋ ਚਾਰ ਤਖਤ ਸਨ ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਤਖਤਾਂ ਦੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਹ ਪਾਵਨ ਬੀੜਾ ਉਹਨਾਂ ਨੇ ਖੁਦ ਪਚਾਈਆਂ ਐਸੇ ਮਹਾਨ ਸੂਰਬੀਰ ਐਸੇ ਮਹਾਨ ਵਿਦਵਾਨ ਪਰ ਜਿਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਸੁਣਿਆ ਕਿ ਅਹਿਮਦ ਸ਼ਾ ਅਬਦਾਲੀ ਦੀਆਂ ਫੌਜਾਂ ਨੇ ਉਸ ਦੇ ਜਰਨੈਲ ਜਹਾਨ ਖਾਨ ਨੇ ਹਮਲਾ ਕੀਤਾ ਹੈ ਦਰਅਸਲ ਜਦੋਂ ਅਬਦਾਲੀ ਨੇ ਕਈ-ਕਈ ਵਾਰ ਹਮਲੇ ਕੀਤੇ ਉਸ ਦਾ ਨਿਸ਼ਾਨਾ ਦਿੱਲੀ ਹੁੰਦਾ ਸੀ ਪਰ ਪੰਜਾਬ ਰਾਹ ਵਿੱਚ ਪੈਂਦਾ ਸੀ ਔਰ ਉਸ ਵੇਲੇ ਪੰਜਾਬ ਦੇ ਵਿੱਚ ਸਿੱਖ ਇੱਕ ਐਸੀ ਸਟ੍ਰੈਟਜੀ ਦੇ ਉੱਤੇ ਕੰਮ ਕਰ ਰਹੇ ਸਨ ਕਿ ਅਜਬ ਇੱਕ ਟ੍ਰਾਇੰਗਲ ਸੀ ਇੱਕ ਤਿਕੋਣੀ ਲੜਾਈ ਸੀ ਜਿਸ ਲੜਾਈ ਦਾ ਜ਼ਿਕਰ ਸਾਹਿਬ ਸ੍ਰੀ ਗੁਰੂ ਨਾਲ ਤੇਜਜੀ ਮਹਾਰਾਜ ਨੇ ਵੀ ਕੀਤਾ ਹੈ ਕਿ ਮੁਗਲ ਪਠਾਣਾ ਪਈ ਲੜਾਈ ਇਹ ਮੁਗਲਾਂ ਔਰ ਪਠਾਣਾ ਦੀ ਲੜਾਈ ਸੀ ਜਿਸ ਦਾ ਜ਼ਿਕਰ ਗੁਰਨਾਨਕ ਸਾਹਿਬ ਨੇ ਕੀਤਾ ਪਾਨੀਪਤ ਦੇ ਮਕਾਮ ਦੇ ਉੱਤੇ ਦੋਨੋਂ ਫੌਜਾਂ ਬਾਹਰ ਤੋਂ ਆ ਕੇ ਲੜ ਰਹੀਆਂ ਸਨ ਕਿ ਹਿੰਦੁਸਤਾਨ ਔਰ ਹਿੰਦੁਸਤਾਨੀਆਂ ਦੇ ਉੱਤੇ ਰਾਜ ਕਿਸ ਨੇ ਕਰਨਾ ਹੈ ਮੁਗਲਾਂ ਨੇ ਜਾਂ ਪਠਾਣਾ ਨੇ ਤਾਂ ਜਿਸ ਵੇਲੇ ਮੁਗਲ ਦਿੱਲੀ ਦੇ ਵਿੱਚ ਕਾਬਜ਼ ਸਨ ਪਰ ਪਠਾਣ ਉੱਥੋਂ ਹਮਲਾ ਕਰਦੇ ਸਨ ਤਾਂ ਸਿੱਖਾਂ ਨੇ ਹੁਣ ਇਹਨਾਂ ਦੇ ਦੋਨੋਂ ਪਾਸੇ ਤੋਂ ਹੀ ਇਹਨਾਂ ਦੇ ਉੱਤੇ ਤਸ਼ੱਦਦ ਹੁੰਦਾ ਸੀ ਤਾਂ ਉਸ ਵੇਲੇ ਸਿੱਖ ਅਬਦਾਲੀ ਦੇ ਰਸਤੇ ਤੋਂ ਇੱਕ ਪਾਸੇ ਹਟ ਗਏ ਔਰ ਉਸ ਅਬਦਾਲੀ ਨੂੰ ਉਹਨਾਂ ਨੂੰ ਉਹਨਾਂ ਨੇ ਦਿੱਲੀ ਜਾਣ ਦਿੱਤਾ ਸਿੱਖ ਉਸ ਵੇਲੇ ਪੜਿਆ ਕਰਦੇ ਸਨ ਸਤਗੁਰੂ ਦਾ ਬਚਨ ਹੈ ਕਾਬਲ ਤੇ ਕੁੱਤਾ ਮੰਗਵਾਉਂ ਮੁਗਲੋਂ ਤਾਈ ਤੜਾਉਂ ਦਿੱਲੀ ਤਖਤ ਉਡਾਉਂ ਜਣ ਤੇ ਸਿੰਘਨ ਕੋ ਬਿਠਵਾਉਂ ਬਾਰ-ਬਾਰ ਅਬਦਾਲੀ ਦੇ ਹਮਲੇਆ ਕਰਕੇ ਦਿੱਲੀ ਦੀ ਹਕੂਮਤ ਬਹੁਤ ਕਮਜ਼ੋਰ ਪੈ ਗਈ ਜਿਸ ਨੇ ਸਿੱਖਾਂ ਨੂੰ ਸਿਰ ਚੁੱਕਣ ਦਾ ਮੌਕਾ ਦੇ ਦਿੱਤਾ ਦਿਲ ਮੁਹੰਮਦ ਪਸਰੂਰੀ ਜੋ ਉਸ ਵੇਲੇ ਦਾ ਇਤਿਹਾਸਕਾਰ ਹੈ ਉਸ ਨੇ ਬਹੁਤ ਜ਼ਬਰਦਸਤ ਲਫ਼ਜ਼ਾਂ ਦੇ ਵਿੱਚ ਸਿੱਖਾਂ ਨੂੰ ਕੋਸਿਆ ਹੈ ਕਿ ਇਹ ਖੁਦਾ ਇਹਨਾਂ ਲੰਬੇ ਵਾਲਾਂ ਵਾਲੇ ਕੁੱਤਿਆਂ ਦਾ ਸਿਰ ਕੁਚਲ ਦੇ ਜਿਨ੍ਹਾਂ ਦੇ ਕਰਕੇ ਅਬਦਾਲੀ ਉਸ ਦੇ ਅਬਦਾਲੀ ਨੂੰ ਜਿਹੜਾ ਮੌਕਾ ਮਿਲਿਆ ਹੈ ਔਰ ਉਹਦੇ ਕਰਕੇ ਦਿੱਲੀ ਦੀ ਹਕੂਮਤ ਕਮਜ਼ੋਰ ਹੋ ਗਈ ਔਰ ਇਹਨਾਂ ਸਿੱਖਾਂ ਨੂੰ ਤਾਕਤ حاصل ਹੋ ਗਈ ਪਰ ਜਿਸ ਵੇਲੇ ਬਾਬਾ ਜੀ ਨੇ ਸੁਣਿਆ ਕਿ ਅਫਦਾਲੀ ਦੀਆਂ ਫੌਜਾਂ ਨੇ ਜਹਾਨ ਖਾਨ ਨੇ ਖਿਜ ਕੇ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਬੇਦਬੀ ਕੀਤੀ ਹੈ ਤਾਂ ਬਾਬਾ ਜੀ ਦੀ ਉਮਰ ਉਸ ਵੇਲੇ 75 ਸਾਲ ਸੀ ਆਪਣੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਂਦੇ ਹਿਆ ਬਾਬਾ ਜੀ ਉਸ ਵੇਲੇ 75 ਸਾਲ ਦੀ ਉਮਰ ਦੇ ਸੰਗ ਪਰ ਮੋਹਿ ਮਰਨੇ ਦਾ ਚਾਹੋ ਹੈ ਮਰਤ ਹਰ ਕੇ ਦਵਾਰ ਇਹ ਜਿਹੜੀ ਉਹਨਾਂ ਦੀ ਭਾਵਨਾ ਸੀ ਮਰਤਾ ਮਰਤਾ ਜਗ ਮੁਆ ਮਰ ਵੀ ਨਾ ਜਾਣੇ ਕੋਏ ਜਿਹੜੀ ਗੱਲ ਕਲਗੀਧਰ ਪਿਤਾ ਨੇ ਜਿਹੜੀ ਗੱਲ ਕਹੀ ਸੀ हे ਰਵ हे ਸਸ हे ਕਰुणा निद ਮੇਰੀ ਅਬੈ ਬੇਨਤੀ ਸੁਣ ਲੀਜੇ ਔਰ ਨਾ ਮੰਗਤ ਹੋਂ ਤੁਮ ਤੇ ਕਚਾਹਤ ਹੋਂ ਚਿਤ ਮੈ ਸੋਈ ਕੀਜੇ ਸ਼ਸਤਰਨ ਸਿਉਤ ਹੀਰਨ ਭੀਤਰ ਜੂਝ ਮਰੋ ਤੋ ਸਾਚ ਪਤੀਜੇ ਇਹ ਜਿਹੜੀ ਅਰਦਾਸ ਸੀ ਇਹ ਬਾਬਾ ਜੀ ਨੇ ਕੀਤੀ ਉਹ ਮਰਾ ਤਾਂ ਹਰ ਕੇ ਦਵਾਰ ਇਹ ਅਰਦਾਸ ਕਰਕੇ ਜਦੋਂ ਤੁਰੇ ਹਨ ਤਾਂ ਉਹਨਾਂ ਦੇ ਨਾਲ ਕੇਵਲ ਅੱਠ ਸਿੰਘ ਸਣ ਜਿਸ ਨੂੰ ਜਦੋਂ ਉਸ ਮਕਸਦ ਲਈ ਤੁਰੇ ਹਨ ਬਾਬਾ ਜੀ ਦੇ ਨਾਲ ਕੇਵਲ ਅੱਠ ਸਿੰਘ ਸਣ ਪਰ ਤੁਰਦਿਆਂ ਹੋਇਆਂ ਰਸਤੇ ਦੇ ਵਿੱਚ ਬਾਬਾ ਜੀ ਉਹਨਾਂ ਦੀ ਵੰਗਾਰ ਉਹਨਾਂ ਦੀ ਪਾਈ ਹੋਈ ਵੰਗਾਰ ਉਹਨਾਂ ਵੱਲੋਂ ਖਿੱਚੀ ਹੋਈ ਲਕੀਰ ਇਤਨੀ ਜ਼ਬਰਦਸਤ ਸੀ ਕਿ ਜਿਸ ਨੇ ਗੁਰੂ ਦੇ ਮਾਰਗ ਦੇ ਉੱਤੇ ਤੁਰਨਾ ਹੈ ਜਿਸ ਨੇ ਗੁਰੂ ਦੇ ਉਸ ਪਾਏ ਹੋਏ ਪਰਚੇ ਨੂੰ ਉਸ ਦੇ ਵਿੱਚ ਸ਼ਾਮਲ ਹੋਣਾ ਹੈ ਉਹ ਇਸ ਲਾਈਨ ਨੂੰ ਕਰਾਸ ਕਰੋ। ਔਰ ਬਾਬਾ ਜੀ ਦੇ ਨਾਲ 4000 ਸਿੰਘਾਂ ਦਾ ਇੱਕ ਜਥਾ ਤਿਆਰ ਹੋ ਗਿਆ। ਬਾਬਾ ਜੀ ਦੀ ਅਰਦਾਸ ਸੀ ਕਿ ਮੈਂ ਹਰਮੰਦਰ ਸਾਹਿਬ ਦੇ ਵਿੱਚ ਆਪਣਾ ਸੀਸ ਪੇਟ ਕਰਾਂ। ਪਰ ਉਸ ਤੋਂ ਅਜੇ 2 ਕੋਸ ਦੀ ਦੂਰੀ ਤੇ ਸਨ ਕਿ ਬਾਬਾ ਜੀ ਦਾ ਸੀਸ ਵਕ ਹੋ ਗਿਆ ਇਤਿਹਾਸਕਾਰ ਜੋ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਕ੍ਰਿਸ਼ਮਾ ਹੋਇਆ ਇੱਕ ਸਿੰਘ ਨੇ ਬਾਬਾ ਜੀ ਨੂੰ ਕਿਹਾ ਕਿ ਤੁਹਾਡਾ ਸੀਸ ਤਾਂ ਉੱਥੇ गिरਣਾ ਸੀ ਇਹ ਇਥੇ ਵਕ ਹੋ ਗਿਆ ਬਾਬਾ ਜੀ ਨੇ ਆਪਣੇ ਸੀਸ ਨੂੰ ਹਥੇਲੀ ਤੇ ਰੱਖਿਆ ਔਰ ਵਾਹੋਦਾਹੀ ਹਰਮੰਦਰ ਸਾਹਿਬ ਵੱਲ ਚਲੇ ਔਰ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਉਸ ਪਾਵਨ ਸਥਾਨ ਤੇ ਉਹਨਾਂ ਦਾ ਸੀਸ ਡਿੱਗਾ ਜਿਸ ਜਗ੍ਹਾ ਤੇ ਉਹਨਾਂ ਦਾ ਤੜ ਡਿੱਗਾ ਉੱਥੇ ਵੀ ਸਥਾਨ ਹੈ ਔਰ ਜਿਸ ਜਗ੍ਹਾ ਦੇ ਉੱਤੇ ਉਹਨਾਂ ਦਾ ਸੀਸ ਗਿਰਿਆ ਉਹ ਪਾਵਨ ਜਗ੍ਹਾ ਦੇ ਉੱਤੇ ਸ਼ਹੀਦ ਗਾਂਜੂ ਸਾਰਿਆ ਗਿਆ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਜਿਹੜੀ ਆਪ ਅਗਲੀ ਤਸਵੀਰ ਵਿੱਚ ਆਪ ਵੇਖ ਰਹੇ ਹੋ ਇਹ ਉਹ ਪਾਵਨ ਸਥਾਨ ਹੈ ਜਿਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਜੀ ਦਾ ਬੁੰਗਾ ਸ਼ਹੀਦ ਬੁੰਗਾ ਉਚਾਰਿਆ ਉਸਾਰਿਆ ਗਿਆ ਹੈ ਇਸ ਤੋਂ ਅਗਲੀ ਜਿਹੜੀ ਤਸਵੀਰ ਹੈ ਉਸ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਇਹ ਜੋ ਇਬਾਰਤ ਲਿਖੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਆਪ ਨਾਲ ਸਾਂਝੀ ਕਰਨੀ ਚਾਹਵਾਂਗੇ ਉਹਦੇ ਵਿੱਚ ਲਿਖਿਆ ਹੈ ਬਾਬਾ ਦੀਪ ਸਿੰਘ ਜੀ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਰਾ ਮਿਸਲਾਂ ਵਿੱਚੋਂ ਸੁਪਰ ਸਿੱਧ ਸ਼ਹੀਦੀ ਦੀ ਸ਼ਹੀਦਾਂ ਦੀ ਮਿਸਲ ਦੇ ਮੁਖੀ ਇਹ ਸਨ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਸੇਵਾ ਦੇ ਨਾਲ 18ਵੀਂ ਸਦੀ ਦੀਆਂ ਵਿਸ਼ੇਸ਼ ਜੰਗਾਂ ਵਿੱਚ ਅਹਿਮ ਹਿੱਸਾ ਲਿਆ 1757 ਵਿੱਚ ਤੈਮੂਰ ਸ਼ਾਹ ਤੇ ਜਹਾਂ Khan ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖਬਰ ਬਾਬਾ ਜੀ ਨੂੰ ਜਦ ਦਮਦਮਾ ਸਾਹਿਬ ਵਿਖੇ ਪੁੱਜੀ ਤਾਂ ਬਜ਼ੁਰਗ ਅਵਸਥਾ ਵਿੱਚ ਵੀ 18 ਸੇਰ ਦਾ ਖੰਡਾ ਹੱਥ ਪਕੜ ਕੇ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਅਤੇ ਜ਼ਾਲਿਮਾਂ ਨੂੰ ਸਬਕ ਸਿਖਾਉਣ ਦੀ ਪ੍ਰਤੀਜ्ञਾ ਕਰਕੇ ਸ੍ਰੀ ਅਮਰਤ ਸਰਵਲ ਚਲ ਪਏ। ਅਗੋ ਜਹਾਨ ਖਾਨ ਨੇ ਖਬਰ ਸੁਣ ਕੇ ਸ਼ਹਿਰ ਦੇ ਬਾਹਰ ਗੋਹਲਵੜ ਪਿੰਡ ਪਾਸ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਦੇ ਨਾਲ ਮੋਰਚੇ ਮੱਲੀ ਬੈਠਾ ਸੀ। ਆਹਮੋ ਸਾਹਮਣੇ ਕਮਸਾਨ ਦਾ ਯੁੱਧ ਹੋਇਆ। ਬਾਬਾ ਜੀ ਸ਼ਹਿਰ ਤੋਂ ਹਟਵੇਂ ਹੀ ਸੰਕੇ ਜਮਾਨ ਖਾਨ ਨਾਲ ਹੋ ਰਹੀ ਹੱਥੋ-ਹੱਥੀ ਲੜਾਈ ਵਿੱਚ ਉਹਨਾਂ ਦਾ ਸੀਸ ਕੱਟਿਆ ਗਿਆ। ਪਾਸ ਖੜੇ ਇੱਕ ਸਿੰਘ ਨੇ ਜਦ ਬਾਬਾ ਜੀ ਨੂੰ ਕੀਤਾ ਪ੍ਰਣ ਯਾਦ ਕਰਾਇਆ ਤਾਂ ਐਸਾ ਕ੍ਰਿਸ਼ਮਾ ਵਾਪਰਿਆ ਜਿਸ ਦੀ ਦੁਨੀਆ ਦੇ ਇਤਿਹਾਸ ਵਿੱਚ ਹੋਰ ਕੋਈ ਮਿਸਾਲ ਨਹੀਂ ਮਿਲਦੀ। ਬਾਬਾ ਜੀ ਨੇ ਆਪਣਾ ਸੀਸ ਤਲੀ ਤੇ ਰੱਖ ਕੇ ਸੱਜੇ ਹੱਥ ਨਾਲ ਲੈ ਸਾਖੰਡਾ ਚਲਾਇਆ ਕਿ ਦੁਸ਼ਮਣ ਦੀਆਂ ਸਫਾਂ ਵਿੱਚ ਪਾਜਣਾ ਪੈ ਗਈਆਂ ਇਸ ਤਰ੍ਹਾਂ ਕਮਸਾਨ ਦਾ ਯੁੱਧ ਕਰਦਿਆਂ ਬਾਬਾ ਜੀ ਸ੍ਰੀ ਅੰਮ੍ਰਿਤਸਰ ਪਹੁੰਚੇ ਅਤੇ ਆਪਣਾ ਸੀਸ ਸ੍ਰੀ ਹਰਮੰਦਰ ਸਾਹਿਬ ਵਿਖੇ ਪੇਟ ਕੀਤਾ ਸੋ ਇਹ ਮਹਾਨ ਕਾਰਨਾਮਾ ਕਰਕੇ ਬਾਬਾ ਜੀ ਦਾ ਜਿਸ ਜਗ੍ਹਾ ਦੇ ਉੱਤੇ ਸੀਸ ਟਿਗਾ 1984 ਦੇ ਵਿੱਚ ਵੀ ਉਸੇ ਅਸਥਾਨ ਦੇ ਉੱਤੇ ਫੌਜ ਦੇ ਟੈਂਕ ਉਸ ਤੋਂ ਅੱਗੇ ਨਹੀਂ ਵੱਧ ਸਕੇ ਉਸ ਜਗ੍ਹਾ ਦੇ ਉੱਤੇ ਆ ਕੇ ਉਹ ਟੈਂਕ ਵੀ ਅੜ ਗਏ ਸਨ ਇਸ ਤੋਂ ਅਗਲੀ ਤਸਵੀਰ ਜੋ ਆਪ ਵੇਖ ਰਹੇ ਹੋ ਇਹ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਗੁਰਸਿੱਖੀ ਸੋ ਥਾਨ ਪਾਲਿਆ ਲੈ ਤੂਰ ਮੁਖ ਲਾਵਾ ਇਹ ਪਾਵਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ دہਲੀਜ਼ ਹੈ ਜਿੱਥੇ ਨਤਮਸਤਕ ਹੁੰਦੇ ਹਨ ਪਰ ਨਾਲ ਹੀ ਅਗਲੀ ਤਸਵੀਰ ਵਿੱਚ ਬਾਬਾ ਦੀਪ ਸਿੰਘ ਜੀ ਦੇ ਉਹ ਪਾਵਨ ਸ਼ਹੀਦ ਬੰਗਾ ਹੈ ਜਿਸ ਦੇ ਉੱਤੇ ਜਿਸ ਜਗ੍ਹਾ ਦੇ ਉੱਤੇ ਵੀ ਸੰਗਤਾਂ ਨਤਮਸਤਕ ਹੁੰਦੀਆਂ ਹਨ ਪਰ ਇਹ ਕੋਈ ਪਹਿਲੀ ਵਾਰ ਨਹੀਂ ਸੀ ਕਿ ਹਰਮੰਦਰ ਸਾਹਿਬ ਦੀ ਰਾਖੀ ਲਈ ਇਸ ਤਰੀਕੇ ਦੇ ਨਾਲ ਸ਼ਹਾਦਤ ਹੋਈ ਹਰਮੰਦਰ ਸਾਹਿਬ ਦੇ ਲਈ ਬਾਬਾ ਦੀਪ ਸਿੰਘ ਜੀ ਨੂੰ ਪੂਰਨੇ ਜੋ ਪੂਰਨੇ ਪਾਏ ਬਾਅਦ ਵਿੱਚ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਵੀ ਜਿਸ ਤਰ੍ਹਾਂ ਅਗਲੀ ਤਸਵੀਰ ਵਿੱਚ ਆਪ ਦੇਖ ਰਹੇ ਹੋ ਕਿ ਉਹਨਾਂ ਨੇ ਵੀ ਹਰਮੰਦਰ ਸਾਹਿਬ ਦੀ ਰਾਖੀ ਦੇ ਲਈ ਅਗਲੀ ਤਸਵੀਰ ਦੇ ਵਿੱਚ ਉਸ ਮਸਾ ਰੰਗੜ ਨੂੰ ਸੋਧਿਆ ਔਰ ਇਸ ਤੋਂ ਅਗਲੀ ਤਸਵੀਰ ਵਿੱਚ ਭਾਈ ਮਹਤਾਬ ਸਿੰਘ ਦੀ ਉਹ ਤਸਵੀਰ ਹੈ ਜਿਹੜੀ ਉਹ ਉਹਨਾਂ ਦੀ ਉਹ ਭਾਈ ਮਹਤਾਬ ਸਿੰਘ ਜੀ ਦੀ ਸ੍ਰੀ ਸਾਹਿਬ ਹੈ ਜਿਸ ਦੇ ਨਾਲ ਮਸਾ ਰੰਗੜ ਨੂੰ ਸੋਧਿਆ ਗਿਆ ਸੀ ਇਹ ਇਤਿਹਾਸ ਪੁਰਾਣਾ ਜੋ ਹੈ ਉਹ ਪ੍ਰੇਰਨਾ ਦਿੰਦਾ ਹੈ ਇਸ ਤੋਂ ਬਾਅਦ ਅਸੀਂ 12 ਨੰਬਰ ਤਸਵੀਰ ਜੋ ਹੈ ਆਪ ਨੂੰ ਵਿਖਾਣੇ ਚਾਹੁੰਦੇ ਹਾਂ ਕਿ ਬਜ਼ੁਰਗ ਅਵਸਥਾ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਜੋ ਮਹਾਨ ਸੇਵਾ ਨਿਭਾਉਂਦਿਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਪਾਵਨ ਬੀੜ ਜੋ ਬੀੜਾਂ ਤਿਆਰ ਕੀਤੀਆਂ ਉਹਨਾਂ ਦੇ ਵਿੱਚੋਂ ਇਸ ਵੇਲੇ ਜੋ ਸਚਖੰਡ ਸ੍ਰੀ ਹਜ਼ੂਰ ਸਾਹਿਬ ਅੰਮ੍ਰਿਤਸਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਵਿਖੇ ਜਿਹੜੀ ਪਾਵਨ ਬੀੜ ਹੈ ਅਸੀਂ ਉਸ ਦੀਆਂ ਕੁਝ ਕੁ ਤਸਵੀਰਾਂ ਆਪ ਜੀ ਨਾਲ ਸਾਂਝੀਆਂ ਕਰਨਾ ਚਾਹੁੰਦੇ ਹਾਂ ਬਾਬਾ ਜੀ ਦੇ ਹੱਥ ਦੀ ਲਿਖੀ ਬੀੜ ਜਿਸ ਦੇ ਅੱਖਰ ਮੋਤੀਆਂ ਦੀ ਤਰ੍ਹਾਂ ਪਰੋਏ ਹਨ ਸਿੰਘ ਸਾਹਿਬ ਜਥੇਦਾਰ ਪ੍ਰਤਾਪ ਸਿੰਘ ਜੀ ਹੈਡ ਗ੍ਰੰਥੀ ਸਚਕੰਡ ਸ੍ਰੀ ਹਜ਼ੂਰ ਸਾਹਿਬ ਉਸ ਪਾਵਨ ਬੀੜ ਨੂੰ ਲੈ ਕੇ ਜਦੋਂ ਜਾਗਰਤੀ ਯਾਤਰਾ ਦੇ ਦੌਰਾਨ ਜਦੋਂ ਆਏ ਜਿਵੇਂ ਅਗਲੀ ਤਸਵੀਰ ਆਪ 13 ਨੰਬਰ ਵਿੱਚ ਵੇਖ ਰਹੇ ਹੋ ਇਹ ਲੈ ਕੇ ਆ ਰਹੇ ਹਨ ਇਸ ਤੋਂ ਅਗਲੀ ਤਸਵੀਰ ਵਿੱਚ ਸੰਗਤਾਂ ਕਿਸ ਹੁਮਾ ਦੇ ਨਾਲ ਕਿਸ ਸ਼ਰਦਾ ਦੇ ਨਾਲ ਦਰਸ਼ਨ ਕਰ ਰਹੀਆਂ ਹਨ ਇਸ ਤੋਂ ਅਗਲੀ ਤਸਵੀਰ ਵਿੱਚ ਵੀ ਔਰ ਇਸ ਤੋਂ ਅਗਲੀ ਤਸਵੀਰ ਵਿੱਚ ਜੋ ਹੈ ਪ੍ਰਕਾਸ਼ ਕੀਤਾ ਹੋਇਆ ਹੈ ਪਰ ਅਸੀਂ ਆਪ ਜੀ ਨੂੰ ਉਹ ਬੀਡ ਦੇ ਅੱਖਰ ਵਖਾਣੇ ਚਾਹੁੰਦੇ ਹਾਂ ਕਿ ਜਿਹੜੇ ਬਾਬਾ ਜੀ ਨੇ ਆਪਣੇ ਹੱਥੀਂ ਮੋਤੀਆਂ ਦੀ ਤਰ੍ਹਾਂ ਪਰੋਏ ਹਨ ਇਸ ਤੋਂ ਅਗਲੀ ਤਸਵੀਰ ਵਿੱਚ ਆਪ ਉਹ ਵੇਖੋਗੇ ਔਰ ਇਸ ਤੋਂ ਬਾਅਦ ਦੀ ਤਸਵੀਰ ਦੇ ਵਿੱਚ ਵੀ ਇਹ ਬੀੜਾ ਉਸ 52 ਬੀਡ ਦੇ ਜੋ ਸਰੂਪ ਦੇ ਦਰਸ਼ਨ ਹਨ 25 ਨੰਬਰ ਤਸਵੀਰ ਦੇ ਵਿੱਚ ਆਪ ਬਾਬਾ ਦੀਪ ਸਿੰਘ ਜੀ ਦੇ ਉਹ ਮਹਾਨ ਸ਼ਸਤਰ ਜੋ ਖੰਡਾ ਜੋ ਉਹਨਾਂ ਦਾ ਚੱਕਰ ਹੈ ਬਾਬਾ ਦੀਪ ਸਿੰਘ ਜੀ ਦਾ ਜੋ ਉਹ ਸੀਸ ਦੇ ਉੱਤੇ ਤਾਰਨ ਕੀਤਾ ਕਰਦੇ ਸਨ ਔਰ ਇਸ ਤੋਂ ਅਗਲੀ ਤਸਵੀਰ ਦੇ ਵਿੱਚ ਬਾਬਾ ਜੀ ਦੇ ਕੁਝ ਸ਼ਸਤਰ ਹਨ ਜੋ ਆਪਣੇ ਦੁਮਾਲੇ ਦੇ ਉੱਤੇ ਉਹ ਲਗਾਇਆ ਕਰਦੇ ਸਨ ਤੇ ਇਸ ਤਰੀਕੇ ਦੇ ਨਾਲ ਅਗਲੀਆਂ ਦੋ ਤਸਵੀਰਾਂ ਵੀ ਜਿਹੜੀਆਂ ਹਨ ਉਹ ਬਾਬਾ ਦੀਪ ਸਿੰਘ ਜੀ ਦੇ ਉਸ ਮਹਾਨ ਸਾਕੇ ਨੂੰ ਯਾਦ ਕਰਦੀਆਂ ਹਨ 29 ਨੰਬਰ ਤਸਵੀਰ ਅਸੀਂ ਆਪ ਜੀ ਨੂੰ ਦਿਖਾਣੀ ਚਾਹਵਾਂਗੇ ਪਰ ਇਹ ਤਸਵੀਰ ਦਿਖਾਉਂਦਿਆਂ ਹੋਇਆਂ ਸਾਨੂੰ ਅਫਸੋਸ ਵੀ ਹੈ ਔਰ ਰੰਜਿਸ਼ ਵੀ ਹੈ ਇਤਿਹਾਸ ਕੌਮਾਂ ਦੀ ਜਾਨ ਹੁੰਦਾ ਹੈ ਹਰ ਬਾਸ਼ੌਰ ਕੌਮ ਆਪਣਾ ਵਿਰਸਾ ਯਾਦ ਕਰਦੀਆਂ ਹਨ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਉਹ ਮਹਾਨ ਸਥਾਨ ਹੈ ਜਿਸ ਸਥਾਨ ਦੇ ਉੱਤੇ ਬਾਬਾ ਜੀ ਦਾ ਸੀਸ ਗਿਰਿਆ ਸੀ ਅਸੀਂ ਅਗਲੀ ਗੱਲ ਕਰਨ ਤੋਂ ਪਹਿਲੇ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਉਸ ਤੋਂ ਬਾਅਦ ਅਸੀਂ ਆਪਣੀ ਗੱਲ ਸਮਾਪਤ ਕਰਾਂਗੇ ਔਰ ਆਪਦੀਆਂ ਕਾਲਸ ਲਵਾਂਗੇ ਇੱਕ ਛੋਟਾ ਜਿਹਾ ਬ੍ਰੇਕ ਇਹ ਬਹੁਤ ਹੀ ਅਹਿਮ ਤਸਵੀਰ ਹੈ ਔਰ ਜਿਹੜੀ ਸਾਡੀ ਅੱਜ ਦੀ ਮੌਜੂਦਾ ਹਾਲਤ ਨੂੰ ਵੀ ਬਿਆਨ ਕਰਦੀ ਹੈ ਸਾਡੀ ਬਫਲਸੀ ਇਹ ਸਾਡੀ ਅਣਗਹਿਲੀ ਨੂੰ ਬਿਆਨ ਕਰ ਰਹੀ ਹੈ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪ੍ਰਕਰਮਾ ਦੇ ਵਿੱਚ ਉਹ ਪਾਵਨ ਸਥਾਨ ਜਿਸ ਸਥਾਨ ਦੇ ਉੱਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸੀਸ ਡਿੱਗਾ ਡੁੱਲੇ ਜਦ ਖੂਨ ਸ਼ਹੀਦਾਂ ਦਾ ਤਸਵੀਰ ਬਦਲਦੀ ਕੌਮਾਂ ਦੀ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਕਦੀਰ ਬਦਲਦੀ ਕੌਮਾਂ ਦੀ ਬਾਬਾ ਦੀਪ ਸਿੰਘ ਜੀ ਨੇ ਮਹਾਨ ਸ਼ਹਾਦਤ ਦਿੱਤੀ ਔਰ ਉਹਨਾਂ ਦੀ ਸ਼ਹਾਦਤ ਤੋਂ ਲੈ ਕੇ ਬਾਅਦ ਤੱਕ ਉਸ ਪ੍ਰਕਰਮਾਂ ਦੇ ਵਿੱਚ ਉਸ ਪਾਵਨ ਸਥਾਨ ਤੇ ਜਿਹੜਾ ਹੈਕਸਾਗਨ ਬਣਿਆ ਸੀ ਅਠਕੋਨਾ ਜਿਹੜਾ ਬਣਾਇਆ ਹੋਇਆ ਸੀ ਕਦੀ ਵੀ ਕਿਸੇ ਨੇ ਉਸ ਜਗ੍ਹਾ ਦੇ ਉੱਤੇ ਪੈਰ ਨਹੀਂ ਸੀ ਰੱਖਿਆ ਜਿਹੜਾ ਵੀ ਸਿੱਖ ਜਿਹੜਾ ਵੀ ਸ਼ਰਧਾਲੂ ਜਿਹੜਾ ਵੀ ਦਰਸ਼ਨਾਰਥੀ ਜਦੋਂ ਉੱਥੋਂ ਲੰਘਦਾ ਸੀ ਤਾਂ ਉਹ ਸ਼ਰਦਾ ਦੇ ਫੁੱਲ ਅਰਪਣ ਕਰਦਾ ਸੀ ਕੋ ਗੁਲਾਬ ਦੀ ਪੰਖੜੀ ਰੱਖ ਦਿੰਦਾ ਸੀ ਪਰ ਪਤਾ ਨਹੀਂ ਕਿਉਂ ਹੋਇਆ ਲੱਗਦਾ ਹੈ ਅਸੀਂ ਤਹਈਆ ਕੀਤਾ ਹੋਇਆ ਹੈ ਅਸੀਂ ਆਪਣੀ ਹਰ ਯਾਦ ਮਿਟਾ ਦੇਣੀ ਹੈ ਬਾਬਾ ਦੀਪ ਸਿੰਘ ਜੀ ਦਾ ਉਹ ਸਥਾਨ ਦਾ ਉਹ ਚਿੰਨ ਉਹ ਮਿਟਾ ਦਿੱਤਾ ਗਿਆ ਹੈ ਕਿਸ ਲਈ ਕਿ ਅਸੀਂ ਜ਼ਿਆਦਾ ਸਿਆਣੇ ਹੋ ਗਏ ਜੇਕਰ ਇਹ ਕਿਹਾ ਜਾਏ ਉਸ ਦਾ ਕੋਈ ਸਬੂਤ ਨਹੀਂ ਸੀ ਕਿ ਉਸ ਜਗ੍ਹਾ ਦੇ ਉੱਤੇ ਹੀ ਬਾਬਾ ਜੀ ਦਾ ਸੀਸ ਗਿਰਿਆ ਤੇ ਜੇ 250 ਸਾਲ ਤੋਂ ਅਗਰ ਕੌਮ ਦਾ ਵਿਸ਼ਵਾਸ ਸੀ ਤਾਂ ਤਾਂ ਫਿਰ ਸਾਨੂੰ ਕੋਈ ਵੀ ਚੀਜ਼ ਬਾਕੀ ਨਹੀਂ ਬਚਾਣੀ ਪਵੇਗੀ ਅੱਜ ਦਾ ਇਹ ਪ੍ਰੋਗਰਾਮ ਦਿੰਦਿਆਂ ਇੱਕ ਅਪੀਲ ਹੈ ਇੱਕ ਜੋਦੜੀ ਹੈ ਕਿ ਜਿਹੜੇ ਸਾਡੇ ਬਜ਼ੁਰਗਾਂ ਨੇ 250 ਸਾਲ ਨੂੰ ਤੱਕ ਉਹ ਜਿਹੜੀ ਜਗ੍ਹਾ ਨੂੰ ਸੰਭ ਕੇ ਰੱਖਿਆ ਜਿਹਦੇ ਤੇ ਕਦੀ ਪੈਰ ਨਹੀਂ ਰੱਖੇ ਉਹਨ ਉਸ ਨੂੰ ਮੁੜ ਉਸ ਨੂੰ ਸੰਭਿਆ ਜਾਏ ਔਰ ਉਸ ਜਗ੍ਹਾ ਦੇ ਉੱਤੇ ਜਿਸ ਤਰੀਕੇ ਦੇ ਨਾਲ ਪਹਿਲੇ ਉਹ ਨਿਸ਼ਾਨ ਸੀ ਉਹਨਾਂ ਨੂੰ ਕਾਇਮ ਕੀਤਾ ਜਾਏ ਇਸ ਤੋਂ ਅਗਲੀ ਹੋਰ ਵੀ ਤਰਾਸਦੀ ਹੈ ਉਹ ਤਸਵੀਰ ਦਿਖਾਉਣ ਤੋਂ ਪਹਿਲੇ ਅਸੀਂ ਇੱਕ ਗੱਲ ਕਹਿਣੀ ਚਾਹੁੰਦੇ ਆਂ ਔਰ ਅਫਸੋਸ ਨਾਲ ਕਹਿਣੀ ਚਾਹੁੰਦੇ ਆਂ ਕਿ ਜੇਕਰ ਕਹਿ ਲਿਆ ਜਾਏ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਔਰ ਬਾਬਾ ਬੰਦਾ ਬਹਾਦਰ ਇਹ ਮਹਾਨ ਯੋਧੇ ਸਨ ਇਹ ਮਹਾਨ ਸਿੱਖ ਸਨ ਜਿਹੜੇ ਸਿੱਖੀ ਦੇ ਥੰਮ ਸਨ ਬਾਬਾ ਦੀਪ ਸਿੰਘ ਜੀ ਔਰ ਭਾਈ ਮਨੀ ਸਿੰਘ ਜੀ ਜਿਨ੍ਹਾਂ ਦੋਨਾਂ ਨੇ ਮਿਲ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਤਿਆਰ ਕੀਤੀਆਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਜਿਸ ਢੰਗ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਇਕੱਤਰ ਕੀਤੀ ਔਰ ਉਹ ਮਹਾਨ ਸੇਵਾ ਪੰਥ ਦੀ ਕੀਤੀ ਪਰ ਲੱਗਦਾ ਹੈ ਕਿ ਜਿਹੜੇ ਹਮਲਾਵਰ ਹਨ ਜੇ ਸਰੀਰ ਤੇ ਹਮਲਾ ਨਹੀਂ ਕਰਦੇ ਤਾਂ ਉਹਨਾਂ ਮਹਾਨ ਸ਼ਖਸੀਅਤਾਂ ਦੇ ਉੱਤੇ ਵੀ ਹਮਲੇ ਕਰ ਦਿੱਤੇ ਜਾਣ ਇਸ ਤੋਂ ਅਗਲੀ ਤਸਵੀਰ ਆਪ ਵੇਖੋਗੇ ਇਹ ਸਿੱਖ ਵਿਸ਼ਨਰੀ ਕਾਲਜ ਨੇ ਲੁਧਿਆਣਾ ਉਹਨਾਂ ਨੇ ਇੱਕ ਉਬਾਰਤ ਲਿਖੀ ਆਪਣੇ ਕਿਤਾਬਚੇ ਦੇ ਵਿੱਚ ਕਿ ਇੱਕ ਗੱਲ ਨਿਸ਼ਚਿਤ ਹੈ ਕਿ ਇਹ ਬੀੜ ਪਾਈ ਬੰਨੀ ਸਿੰਘ ਜੀ ਨੇ 1838 ਤੋਂ ਪਹਿਲਾਂ ਤਿਆਰ ਕੀਤੀ ਜਾ ਚੁੱਕੀ ਸੀ ਭਾਈ ਮਨੀ ਸਿੰਘ ਜੀ ਦੇ ਮਗਰੋਂ ਬਾਬਾ ਦੀਪ ਸਿੰਘ ਜੀ ਅਤੇ ਭਾਈ ਸੁੱਖਾ ਸਿੰਘ ਆਦ ਨੇ ਹੋਰ ਪ੍ਰਾਪਤ ਸਮਗਰੀ ਨੂੰ ਰਲਾ ਕੇ ਆਪਣੀ ਆਪਣੀ ਰੁਚੀ ਅਨਸਾਰ ਇਸ ਦੇ ਇਸ ਗ੍ਰੰਥ ਦੇ ਵੱਖ-ਵੱਖ ਸੰਸਕਰਣ ਤਿਆਰ ਕੀਤੇ ਬਾਬਾ ਦੀਪ ਸਿੰਘ ਦੀ ਰੁਚੀ कैसी ਸੀ ਜਿਸ ਮਹਾਨ ਯੋਧੇ ਨੇ 12 ਸਾਲ ਦੀ ਉਮਰ ਦੇ ਵਿੱਚ અમૃત ਦੀ દાત પ્રાપ્ત ਕਰਕੇ 63 ਸਾਲ ਤੱਕ ਉਸ ਸਿੱਖੀ ਨੂੰ ਨਿਭਾਇਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਉਹ ਬੀੜਾਂ ਤਿਆਰ ਕੀਤੀਆਂ ਜਿਨ੍ਹਾਂ ਨੇ ਪਹਚਾਈਆਂ ਜਿਨ੍ਹਾਂ ਨੇ ساری ਜ਼ਿੰਦਗੀ ਲੇਖੇ ਲਾ ਦਿੱਤੀ ਔਰ ਆਪਣਾ ਆਪ ਸਰਬਸਤ দান ਕਰ ਦਿੱਤਾ ਸਰਬਸ ਵਾਰ ਦਿੱਤਾ ਉਹਨਾਂ ਦੇ ਬਾਰੇ ਕਹਿ ਦੇਣਾ ਕਿ ਉਹਨਾਂ ਨੇ ਆਪਣੀ ਰੁਚੀ ਦੇ ਮੁਤਾਬਕ ਇਸ ਵਿੱਚ ਸ਼ਾਮਲ ਕੀਤਾ ਇਹ ਕਿ ਬਾਬਾ ਜੀ ਦੀ ਇਸ ਤੋਂ ਵੱਡੀ ਤੋਹੀਨ ਹੋ ਸਕਦੀ ਹੈ ਪਰ ਪੰਥ ਜਾਗਰੂਕ ਹੈ ਪੰਥ ਅਜੇ ਸਮਝ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਉਹਨਾਂ ਮਹਾਨ ਸ਼ਹੀਦਾਂ ਦੇ ਉਹਨਾਂ ਦੇ ਰਤਬੇ ਨੂੰ ਘਟਾਇਆ ਨਹੀਂ ਜਾ ਸਕਦਾ ਉਹਨੂੰ ਗੰਦਲਾ ਨਹੀਂ ਕੀਤਾ ਜਾ ਸਕਦਾ ਬਲੇਖਾ ਪਾਣ ਦੀ ਇਹ ਕੋਸ਼ਿਸ਼ ਸ਼ੁਰੂ ਤੋਂ ਜਾਰੀ ਸੀ ਪਰ ਉਸ ਦੇ ਰੂਪ ਬਦਲਦੇ ਗਏ ਸੋ ਬਾਬਾ ਜੀ ਉਹਨਾਂ ਮਹਾਨ ਸ਼ਹੀਦਾਂ ਨੂੰ ਉਹਨਾਂ ਦੇ ਜਨਮ ਦਿਨ ਔਰ ਉਹਨਾਂ ਦੇ ਸ਼ਹੀਦੀ ਦਿਨ ਨੂੰ ਯਾਦ ਕਰਦੇ ਆ ਹੋਇਆ आप कॉल्स लगे हेलो हैलो हैलो वागुरु जी की फतेह कौन बोल रहे जी हाँ जी हेलो हाँ जी हाँ जी बोलो भीर जी ऑनलाइन समीप सिंह बोल रहे नो हाय हो तो? हाँ जी ਮੈਂ ਜੀ ਇਹ ਕਹਿਣਾ ਚਾਹਾਂਗਾ ਕਿ ਅਸੀਂ ਤੇ ਸਾਡਾ ਜਿਹੜਾ ਘਰ ਸੀ ਨਾਲ ਹਾਲੇ ਵੀ ਸੁਲਤਾਨਪੁਰ ਰੋਡ ਤੇ ਸ਼ਹੀਦਾ ਸਾਹਿਬ ਦੇ ਬਿਲਕੁਲ ਨਾਲ ਹੈ ਹਾਂ ਜੀ ਤੇ ਛੋਟੇ ਹੋਣ ਤੋਂ ਹੀ ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਗੁਰਦੁਆਰੇ ਜਾਂਦੇ ਰਹੇ ਹਾਂ ਜੀ ਜੀ ਤੇ ਦੋ ਤਿੰਨ ਸਾਲ ਤੋਂ ਮੈਂ ਗੁਰਪੁਰ ਵੇਲੇ ਗੁਰਗੋਬਿੰਦ ਸਿੰਘ ਜੀ ਦਾ ਬਾਬਾ ਜੀ ਦਾ ਖੰਡਾ ਤੇ ਦਰਸ਼ਨ ਕਰੰਦਾ ਵੀ ਅਸੀਂ ਲੈਂ ਮਕੀਤੇ ਨੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਫੋਟੋਗ੍ਰਾਫੀ ਹੈਗੀ ਉਹ ਤੁਸੀਂ ਦਿਖਾਈ ਨਹੀਂ ਵੈਸੇ ਤੁਸੀਂ ਸਾਨੂੰ ਭੇਜ ਦਿਓ ਅਸੀਂ ਜ਼ਰੂਰ ਦਿਖਾਵਾਂਗੇ ਅਗਲੀ ਵਾਰੀ ਦਿਖਾ ਦੇਾਂਗੇ ਤੁਸੀਂ ਸਾਨੂੰ ਜ਼ਰੂਰ ਪੇਜ ਤੇ ਹੋ ਹਾਂਜੀ ਤੇ ਦੂਜੀ ਜਿਹੜੀ ਗੱਲ ਤੁਸੀਂ ਕਹੀ ਕਿ ਜਿਹੜੀ ਪ੍ਰਕਾਮਾਂ ਵਿੱਚ ਜੋਰ ਥੈਕਸਾਗਨ ਬਣਿਆ ਸੀ ਮੈਨੂੰ ਯਾਦ ਹੈ ਕਿ ਛੋਟੇ ਹੁੰਦੇ ਸੀ ਜਾਂਦੇ ਸੀ ਤੇ ਉਹ ਹੁਣ ਮੇਰੇ ਮੈਨੂੰ ਕਾਫੀ ਸਾਲ ਹੋ ਗਏ ਥੈਪ ਪਰ ਮੇਰੇ ਧਿਆਨ 'ਚ ਨਹੀਂ ਆਇਆ ਅਸੀਂ ਆਪ ਜੀ ਨੂੰ ਤਸਵੀਰ ਦਿਖਾਈ ਹੈ ਉਹ ਹੈਕਸਾਗਨ ਦੀ ਤੇ ਕੋਸ਼ਿਸ਼ ਕਰੋ ਕਿ ਉਹਨੂੰ ਰਿਵਾਈਵ ਕੀਤਾ ਜਾਏ ਕਿਉਂਕਿ ਇਹ ਇਹ ਜਿਹੜੀਆਂ ਨਿਸ਼ਾਨੀਆਂ ਹਨ ਇਹ ਪ੍ਰੇਰਨਾ ਸਰੋਤ ਹਨ ਇਹ ਛੋਟੇ ਛੋਟੇ ਆਈਕਨਸ ਹਨ ਤੇ ਜੇ ਅਗਰ ਇਸ ਨੂੰ ਅਸੀਂ

ਨਹੀਂ ਨਹੀਂ ਸਾਡੇ ਹੁੰਦੇ ਆ ਕਿਸੇ ਹੋਰ ਨੂੰ ਲੋੜ ਨਹੀਂ ਅਸੀਂ ਆਪ ਹੀ ਕਾਫੀ ਸਮਰੱਥਾ ਆ ਆਪਣੀ ਚੀਜ਼ਾਂ ਮਿਟਾਉਣ ਦੇ ਹਾਂਜੀ ਹਾਂਜੀ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਤੁਹਾਡੀ ਸ਼ੁਕਰੀਆ ਥੈਂਕ ਯੂ ਹੈਲੋ ਗੁਰਜੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੋਲਿਆ ਜੀ ਆਪ ਟੀਵੀ ਦੀ ਆਵਾਜ਼ ਬੰਦ ਕਰਕੇ ਬੋਲੋ ਹੁਕਮ ਕਰੋ ਤੁਹਾਡੀ ਆਵਾਜ਼ ਆ ਰਹੀ ਹੈ ਹੈਲੋ ਬੀਜੀ ਦਾਸ ਜਸਵੰਤ ਸਿੰਘ ਬੋਰੀਆ ਜੀ ਗੁਰਦੁਆਰਾ ਸਾਹਿਬ ਡਾਕਟਰ ਫੋਰਡ ਫਿਲਡ ਨਿਊ ਜਰਸੀ ਤੋਂ ਹਾਂਜੀ ਹਾਂਜੀ ਹੁਕਮ ਕਰੋ ਜੀ ਤੇ ਵੀਰ ਜੀ ਜਿਸ ਨਾਲ ਆਪ ਦੱਸ ਰਹੇ ਸੀ ਨਾ ਕਿ ਉਹ ਪ੍ਰਕਰਮਾ ਤੋਂ ਨਿਸ਼ਾਨੀ ਜਿਹੜੀ ਆ ਉਹ ਪਾਸੇ ਹਟਾ ਦਿੱਤੀ ਗਈ ਆ ਨਾ ਜੀ ਬਾਬਾ ਦੀਪ ਸਿੰਘ ਜੀ ਦੀ ਜੀ ਤੇ ਮੈਂ ਵੀ ਹੁਣ ਇੰਡੀਆ ਤੋਂ ਕੋਈ 2-2.5 ਮਹੀਨੇ ਪਹਿਲਾਂ ਆਇਆ ਵਾਂ ਹਾਂਜੀ ਤੇ ਉੱਥੇ ਮੈਂ ਆਪ ਦੇਖ ਕੇ ਆਇਆ ਮਾ ਹੋਰ ਕਿ ਨਿਸ਼ਾਨੀਆਂ ਜਿਹੜੀਆਂ ਨੇ ਮਿਟ ਰਹੀਆਂ ਨੇ ਔਰ ਮਟਾਈਆਂ ਜਾ ਰਹੀਆਂ ਨੇ ਹਾਂਜੀ ਹਾਂਜੀ ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਹੀ ਵਡਾਲੀ ਦੇ ਨੇੜੇ ਇੱਕ ਪਿੰਡ ਹੈ ਜਿੱਥੇ ਬੋੜੀ ਸਰਗੁਰਦਰਾ ਸਾਹਿਬ ਹੈ ਜੀ ਗੁਰਦਰਾ ਸਾਹਿਬ ਤੇ ਬਣਾ ਦਿੱਤਾ ਪਰ ਜਿਹੜੀ ਬੇੜੀ ਨਾਲ ਸਤਿਗੁਰ ਜੀ ਆਪਣੀ ਕੋੜੀ ਜਾਂ ਕੋੜਾ ਬਣਦੇ ਸੀ ਨਾ ਹੂੰ ਹੂੰ ਉਹ ਵੱਢ ਕੇ ਤੇ ਬਾਲਣ ਵਾਂਗੂ ਢੇਰੀ ਕੀਤੀ ਹੋਈ ਹੈ ਮੈਂ ਆਪ ਵੇਖ ਕੇ ਆਇਆ ਉਸ ਮੈਂ ਉਹ ਡਾਲੀ ਗਿਆ ਜਿੱਥੇ ਗੁਰੂ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਵਿੱਚ ਛੇ ਹਟਾ ਖੂਬ ਪਿਆਰ ਕਰਵਾਇਆ ਸੀ ਜੀ ਹਾਂ ਉਹ ਖੂਬ ਜਿਹੜਾ ਹੈ ਮੈਂ ਵੀ ਕਿਹਾ ਬਜ਼ੁਰਗਾਂ ਤੋਂ ਪੁੱਛਿਆ ਕਿ ਉਹ 20 25 ਫੁੱਟ ਚੌੜਾ ਹੈ ਪਰ ਮੌਜੂਦਾ ਸੇਵਾ ਕਰਨ ਵਾਲਿਆਂ ਨੇ ਉਸ ਖੂ ਨੂੰ ਪੂਰ ਕੇ ਉਹਦੇ ਵਿੱਚ ਇੱਕ ਛੋਟਾ ਜਿਹਾ ਖੂ ਆਪਣੇ ਤੌਰ ਤੇ ਬਣਾ ਦਿੱਤਾ ਤੇ ਜਿਹੜੀਆਂ ਗੁਰੂ ਜੀ ਦੀਆਂ ਹੱਥੀਂ ਲਾਈਆਂ ਹੋਈਆਂ ਖੂ ਦੀਆਂ ਟਿੰਡਾਂ ਸੀ ਉਹ ਸਾਰੀਆਂ ਖੁਰਦ-ਬੁਰਦ ਕਰ ਦਿੱਤੀਆਂ ਜਿਨ੍ਹਾਂ ਵਿੱਚ ਇੱਕ ਟਿੰਡ ਮੈਂ ਖੁਦ ਆਪ ਉੱਥੇ ਪਤਾਸੇ ਬਣਾਉਣ ਵਾਲੇ ਵੀਰ ਜੀ ਕੋਲ ਵੇਖ ਕੇ ਆਇਆ ਮੈਂ ਤੁਹਾਡੀ ਗੱਲ ਨਾਲ ਮੈਂ ਸਿਰਫ ਇੰਨੀ ਗੱਲ ਦੱਸਣੀ ਚਾਹਾਂਗਾ ਬਰਲਨ ਦੀ ਦੀਵਾਰ ਢਾਈ ਗਈ ਕੋਈ ਬਹੁਤੀ ਇਤਿਹਾਸਕ ਹੀ ਆ ਉਹਦੀ ਕੋਈ ਮਹੱਤਤਾ ਨਹੀਂ ਹੈ ਪਰ ਉਹਨਾਂ ਨੇ ਉਹਨੂੰ ਲੈਮੀਨੇਟ ਕਰਾ ਕੇ ਰੱਖ ਲਿਆ ਜੇਕਰ ਇਹ 911 ਦਾ ਇੱਥੇ ਵਰਲਡ ਰੇਟ ਸੈਂਟਰ ਦਾ ਜਿਹੜਾ ਸਾਕਾ ਹੋਇਆ ਉਹਨਾਂ ਨੇ ਉਸ ਦੇ ਮਲਬੇ ਨੂੰ ਉਸ ਲੋਹੇ ਨੂੰ ਉਹਨਾਂ ਨੇ ਇੱਕ ਉਹਦਾ ਨੇਵੀ ਦਾ ਸ਼ਿਪ ਤਿਆਰ ਕਰਕੇ ਉਹਨੂੰ ਸਾਂਭ ਲਿਆ ਪਰ ਅਸੀਂ ਜਿਸ ਨੂੰ ਕਹਿ ਲਿਆ ਜਾਏ ਕਿ ਅਫਸੋਸ ਔਰ ਸ਼ਰਮ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਉਹ ਪਾਵਨ ਸਥਾਨ ਨੂੰ ਅਸੀਂ ਮਲਬਾ ਕਹਿ ਕੇ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ ਜਿਸ ਦੇ ਬਾਰੇ ਅਗਰ ਕਿਹਾ ਜਾਏ ਅਕਬਰ ਅਲਾਬਾਦੀ ਨੇ ਕਿਹਾ ਸੀ ਜੋ ਬਾਤ ਮناسب ਹੈ ਉਹ ਹਾਸਲ ਨਹੀਂ ਕਰਤੇ ਜੋ ਆਪਣੀ ਗਰੇ ਮੇ ਉਸੇ ਖੋ ਵੀ ਰਹੇ ਹੈ ਬੇਇਲਮ ਵੀ ਹਮ ਲੋਗ ਹੈ ਗਫਲਤ ਵੀ ਹੈ ਤਾਰੀ ਅਫਸੋਸ ਕੀ ਅੰਧੇ ਵੀ ਹੈ ਔਰ ਸੋ ਵੀ ਰਹੇ ਹੈ ਪਰ ਗੱਲ ਇਹ ਹੈ ਸਿਰਫ ਕਹਿ ਦੇਣ ਨਾਲ ਨਹੀਂ ਹੋਏਗਾ ਜੇ ਕੁਝ ਕਰ ਸਕਦੇ ਹੋ ਤਾਂ ਕਰੋ ਨਹੀਂ ਤਾਂ ਫਿਰ ਆਉਣ ਵਾਲੀਆਂ ਨਸਲਾਂ ਨੇ ਕਦੀ ਮਾਫ ਨਹੀਂ ਕਰਨਾ ਔਰ ਜੇ ਸਾਡੇ ਲੀਡਰ ਸਾਡੇ ਉਹਨਾਂ ਦੇ ਕੋਲ ਸ਼ਾਇਦ ਹੋਰ ਕੰਮਾਂ ਤੋਂ ਕੋਈ ਫੁਰਸਤ ਨਹੀਂ ਹੈ ਪਰ ਜੇ ਕਿਸੇ ਢੰਗ ਦੇ ਨਾਲ ਇੱਥੋਂ ਉਹਨਾਂ ਦਾ ਸਨਮਾਨ ਕਰੋ ਪਰ ਘੱਟੋ ਘੱਟ ਇਸ ਲਈ ਕੋ ਪ੍ਰੋਗਰਾਮ ਮੁਲਿਕੋ ਹੋਰ ਦੇ ਸਾਰੇ ਫਜ਼ੂਲ ਦੇ ਮਸਲਿਆਂ ਦੇ ਵਿੱਚ ਜਿਹੜਾ ਆਪਣਾ ਪੈਸਾ ਸਮਰੱਥਾ ਤਾਕਤ ਲਗਾਉਣ ਨਾਲੋਂ ਜੇ ਇਸ ਵਿਰਸੇ ਨੂੰ ਸੰਭਾਲਣ ਲਈ ਕੁਝ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਮਨ ਦੀ वेदना ਹੈ ਜੇ ਗੁਰੂ ਕਿਰਪਾ ਕਰੇ ਸ਼ਾਇਦ ਇਹ ਵੀ ਉਹਦੇ ਪਾਣੇ ਵਿੱਚ ਹੀ ਹੋ ਰਿਹਾ ਹੈ ਇਸੇ ਤਰ੍ਹਾਂ ਹੋਰ ਬਹੁਤ ਸਾਰਿਆਂ ਨੇ ਇਹ ਉਹ ਉਹ ਅਸੀਂ ਅੱਗੇ ਇੱਕ ਪ੍ਰੋਗਰਾਮ ਵੱਖਰਾ ਕੀਤਾ ਸੀ ਫਿਰ ਅਸੀਂ ਕਰਾਂਗੇ ਤੁਸੀਂ ਸਾਨੂੰ ਈਮੇਲ ਕਰਕੇ ਵੇਰਵਾ ਭੇਜੋ ਤੇ ਤਸਵੀਰਾਂ ਦੇ ਨਾਲ ਅਸੀਂ ਉਸ ਨੂੰ ਵੱਖਰੇ ਪ੍ਰੋਗਰਾਮ ਵਿੱਚ ਲਾਵਾਂਗੇ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨ ਹੈਲੋ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੀ ਜੀ ਮੈਂ ਸੰਗਤ ਸਿੰਘ ਹੋ ਰਹੀ ਆ ਜੀ ਨਿਊਯਾਰਕ ਤੋਂ ਹਾਂਜੀ ਸਤ ਸੰਗਤ ਸਿੰਘ ਜੀ ਜੀ ਆਇਆਂ ਨੂੰ ਸਾਹ ਹੈ ਜਿਹੜਾ ਤੁਸੀਂ ਆ ਪ੍ਰੋਗਰਾਮ ਸਟਾਰਟ ਕੀਤਾ ਹੈ ਹਾਂਜੀ ਕਿ ਵੀ ਜੋ ਸਾਨੂੰ ਸਿੱਖਿਆ ਮਿਲ ਰਹੀ ਹੈ ਸਾਨੂੰ ਬੈਕਗਰਾਉਂਡ ਦਾ ਵੀ ਪਤਾ ਲੱਗ ਰਿਹਾ ਹੈ ਹਾਂਜੀ ਅਜੇ ਵੀ ਗੱਲ ਚੱਲ ਰਹੀ ਸੀ ਕਿ ਆਈਕਨ ਬਾਰੇ ਵੀ ਇਹਨੂੰ ਮੱਥਾ ਨਹੀਂ ਹੁੰਪ ਟੇਕਦੇ ਕੋਈ ਰਿਸਪੈਕਟ ਨਹੀਂ ਕਰਦੇ ਹੂੰ ਹਾਂ ਹੈਲੋ ਹਾਂਜੀ ਹਾਂਜੀ ਤੁਸੀਂ ਟੀਵੀ ਦੀ ਆਵਾਜ਼ ਘੱਟ ਕਰਕੇ ਬੋਲੋ ਅਸਰ ਜੀ ਠੀਕ ਹੈ ਹਾਂਜੀ ਟੀਵੀ ਦੀ ਆਵਾਜ਼ ਬੰਦ ਕਰ ਦਿਓ ਫਿਰ ਆਵਾਜ਼ ਆਏਗੀ ਨਹੀਂ ਤੇ ਸਾਨੂੰ ਬੰਦ ਕਰਨੀ ਪੈ ਜਾਏਗੀ ਕਾਲ ਹਾਂਜੀ ਇਹ ਗੱਲ ਚੱਲ ਰਹੀ ਸੀ ਵੀ ਹਾਈ ਕੋਰਟ ਬਾਰੇ ਵੀ ਇਥੇ ਹੁਣ ਕੋਈ ਮੱਥਾ ਨਹੀਂ ਟਿਕਦਾ ਕੋਈ ਰਿਸਪੈਕਟ ਨਹੀਂ ਕਰਦਾ ਹੂੰ ਹੂੰ ਅਸਲ ਵਿੱਚ ਸਮਾ ਬਦਲ ਗਿਆ ਏ ਤੁਹਾਨੂੰ ਬਜ਼ੁਰਗਾਂ ਤੇ ਕੀ ਲੋੜ ਪਈ ਸੀ ਹਾਂਜੀ ਬਜ਼ੁਰਗਾਂ ਤੇ ਕੀ ਲੋੜ ਪਈ ਏ ਸ਼ਰੋਮਣੀ ਕਮੇਟੀ ਤੇ ਕੀ ਲੋੜ ਆਈ ਏ ਤੇ ਸਾਨੂੰ ਗਾਈਡਰ ਨੇ ਸਾਡੇ ਇਹ ਤੁਹਾਨੂੰ ਅੱਗੇ ਤੋਰਨ ਵਾਸਤੇ ਹੂੰ ਹੂੰ ਜਿੰਨੇ ਚੱਕਰੇ ਰਿਪੋਰਟ ਜਿੰਕਿ ਜਿਸ ਤਰ੍ਹਾਂ ਤੁਸੀਂ ਆਪਣੇ ਚੈਨਲ ਦੇ ਰਾਹੀਂ ਲੋਕਾਂ ਨੂੰ ਦੱਸ ਰਹੇ ਹੋ ਜੀ ਇਹ ਗੱਲ ਸੱਚੀ ਹੈ ਕਿ ਕਾਹਿਆਂ ਨੂੰ ਨਹੀਂ ਪਤਾ ਹੈਗਾ ਕਿ ਪਤਾ ਹੈਗਾ ਕਿ ਅਣਗੌੜਿਆ ਕਰਦੇ ਹਾਂ ਹਾਂਜੀ ਮੈਂ ਤੇ ਹੋਈ ਬੇਨਤੀ ਕਰਾਂਗਾ ਕਿ ਇੱਕ ਸੇਵਾ ਤੁਸੀਂ ਕਰਦੇ ਹੋ ਹੂੰ ਹੂੰ ਇਹ ਕਰੀ ਚੱਲੋ ਤਾਂ ਕਿ ਸਾਨੂੰ ਇਹ ਗੱਲਾਂ ਯਾਦ ਰਹਿਣ ਕਿ ਅਸੀਂ ਉਸ ਇੱਜ਼ਤ ਦੇ ਲਾਇਕ ਬਣੀਏ ਜੀ ਜਿਸ ਜਦੋਂ ਉਹ ਕਰ ਸਕੀ ਬਹੁਤ ਠੀਕ ਧੰਨਵਾਦ ਤੁਹਾਡਾ ਬੜੀ ਮਿਹਰਬਾਨੀ ਸ਼ੁਕਰੀਆ ਕਮੇਟੀ ਦਾ ਜਿਹੜੇ ਸਾਡੇ ਲੀਡਰ ਨੇ ਅ ਵੀਰ ਜੀ ਸ਼੍ਰੋਮਣੀ ਕਮੇਟੀ ਨਾਲੋਂ ਇਸ ਵੇਲੇ ਹਰ ਸਿੱਖ ਦਾ ਜੋ ਫਰਜ਼ ਹੈ ਅਗਰ ਉਹ ਵੀ ਪੂਰਾ ਕਰ ਲਵੇ ਨਾ ਬੜੀ ਵੱਡੀ ਗੱਲ ਹੋਏਗੀ। ਜੀ ਗੱਲ ਹੈ ਸ੍ਰੀ ਅਕੀਆ ਕਿ ਮੈਂ ਅਸਾਡਾ ਪਿੰਡੋਂ ਕੋਈ ਤਕਰੀਬਨ 50 ਕਿਲੋਮੀਟਰ ਦੇ ਤਕਰੀਬਨ ਮਹਾਰਾਜ ਦਰਸ਼ਨ ਕਰਦੇ ਰਹਿੰਦੇ ਆ। ਹਾਂਜੀ। ਇਹ ਗੱਲ ਸੱਚੀ ਹੈ ਕਿ ਕਾਫੀ ਲੋਕਾਂ ਨੂੰ ਨਹੀਂ ਵੀ ਪਤਾ ਹੈਗਾ। ਹਾਂਜੀ। ਠੀਕ ਹੈ ਜੀ। ਇਹ ਹੁਣ ਤੁਸੀਂ ਜਿਹੜਾ ਤੁਸੀਂ ਦੱਸ ਰਹੇ ਹੋ ਜਿੱਦਾਂ ਹੁਣ ਮੈਂ ਕਿੰਧਿਆ ਜਾ ਰਿਹਾ ਮੈਂ ਅਗਲੇ ਹੈ ਤੇ ਆਪਣੇ ਪਰਿਵਾਰ ਨੂੰ ਦੱਸਾਂਗਾ ਹੋਰਨਾਂ ਨੂੰ ਵੀ ਦੱਸਾਂਗਾ। ਕਰੋ ਕਰੋ ਤੁਸੀਂ ਕਰਕੇ ਫਿਰ ਸਾਨੂੰ

ਹਾਂਜੀ ਹਾਂਜੀ ਜੀ ਆਇਆਂ ਨੂੰ ਵਿਚ ਕਰ ਰਹੇ ਆ ਜੀ ਜੀ ਆਇਆਂ ਨੂੰ ਬਲਤਾਨੀ ਸਾਹਿਬ ਜੀ ਬਹੁਤ ਇੱਕ ਵਧੀਆ ਤੁਸੀਂ ਟੌਪਿਕ ਹੈ ਜਿਹੜਾ ਲੈ ਕੇ ਆਏ ਹੋ ਜੀ ਤੁਸੀਂ فرمایا ਸੀ ਕਿ ਜੰਨੀ ਜਨੇ ਤਾਂ ਪਖਤ ਜਾਣ ਕੇ ਤਾਂ ਤਾਂ ਕੇ ਸੂਰ ਜੀ ਇਹ ਤਾਂ ਜੰਨੀ ਬਾਜਰੇ ਕਾਹੇ ਗਵਾਵੇਂ ਨੂਰ ਜੀ ਜੀ ਕਿਉਂਕਿ ਹੋਰ ਵੀ ਫਿਲਾਸਫਰ ਜਾਂ ਦੂਜੇ ਨੇ ਉਹਨਾਂ ਨੇ ਆਪਣੀ ਮਤ ਅਨੁਸਾਰ ਜਾਂ ਜਿੱਦਾਂ ਵੀ ਉਹਨਾਂ ਨੇ ਇਹਨੂੰ ਕੀਤਾ ਹੈ ਪਰ ਸਾਡੇ ਗੁਰਮਤਿ ਚ ਜੀ ਕਿਉਂਕਿ ਸਾਡਾ ਸੇਵਾਦਾਰ ਹੈ ਨਾਲ ਹੀ ਉਹ ਸੂਰਮਾ ਹੈ ਤੇ ਨਾਲ ਹੀ ਉਹ ਦਾਤਾ ਹੈ ਹਾਂਜੀ ਹਾਂਜੀ ਬਿਲਕੁਲ ਇੱਕ ਹੋਰ ਬੇਨਤੀ ਕਰਾਂ ਜਿੱਦਾਂ ਤੁਸੀਂ ਦੱਸਿਆ ਹੈ ਨਾ ਜੀ ਤੇ 48 ਸਿੰਘਾਂ ਨੇ ਜਦੋਂ ਜੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਲਈ ਸੀ ਨਾ ਸੰਥਿਆ ਲਈ ਜੀ ਤਾਂ ਉਹਨਾਂ ਦੇ ਵਿੱਚ ਭਾਈ ਮਨੀ ਸਿੰਘ ਤੇ ਭਾਈ ਬਾਬਾ ਦੀਪ ਸਿੰਘ ਜੀ 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 ਕਿਉਂਕਿ ਉਹ ਸਾਰੇ ਬਿਦੇਮੁਖਤ ਹੋ ਗਏ ਤੇ ਇਹ ਵੀ ਨਾਲ ਚੱਲੇ ਹਾਂਜੀ ਜਦੋਂ ਲਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਕਿਹਾ ਵੀ ਗੁਰੂ ਦੇ ਸਿੱਖੋ ਤੁਹਾਡੇ ਕੋਲੋਂ ਤਾਂ ਅਸੀਂ ਬੜੀ ਸੇਵਾ ਲੈਣੀ ਹੈ ਹਾਂਜੀ ਉਹਨਾਂ ਦਾ ਇਹ ਅੱਗੂ ਸੀ ਜਵਾਬ ਕਿ ਸਾਡਾ ਇਹ ਪਾਤਸ਼ਾਹ ਵੀ ਆਨੰਦ ਬੜਾ ਬਣਿਆ ਹੋਇਆ ਹੈ ਹੂੰ ਹੂੰ ਕਿ ਜੇ ਅਸੀਂ ਰਵਾਂਗੇ ਤੇ ਅਧਿਆਤਮਿਕ ਤੌਰ ਤੇ ਉਹ ਜਿਹੜਾ ਸਾਡਾ ਆਨੰਦ ਹੈ ਜੀ ਖਤਮ ਹੋ ਜਾਏਗਾ ਜੀ ਜੀ ਤੇ ਸਾਡੇ ਸੱਚੇ ਪਾਤਸ਼ਾਹ ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਉਹਨਾਂ ਨੂੰ ਕਿਹਾ ਸੀ ਹਾਂ ਹਾਂ ਤੇ ਤੁਸੀਂ ਕੋਈ ਵੀ ਕੰਮ ਕਰੋਗੇ ਚਾਹੇ ਤੁਹਾਡਾ ਸਿਰ ਤਲੀ ਦੇ ਉੱਤੇ ਹੋਏਗਾ ਹਾਂ ਹਾਂ ਪਰ ਤੁਹਾਡਾ ਜਿਹੜਾ ਆਨੰਦ ਹੈ ਉਹ ਤੁਹਾਡਾ ਆਨੰਦ ਨਾਲ ਹੀ ਰਹੇਗਾ ਬਿਲਕੁਲ ਬਿਲਕੁਲ ਨਾਲ ਹੀ ਭਾਈ ਮਨੀ ਸਿੰਘ ਜੀ ਨੂੰ ਹੀ ਇਹੋ ਹੀ ਕਿਹਾ ਸੀ ਹਾਂ ਜੀ ਤੇ ਤੁਹਾਡਾ ਚਾਹੇ ਉਹ ਬੰਦ ਬੰਦ ਕੱਟਿਆ ਜਾਏ ਪਰ ਤੁਹਾਡਾ ਆਨੰਦ ਜਿਹੜਾ ਉਹ ਦੀ ਅਦਰ ਉਦਰ ਹੋਏਗਾ ਠੀਕ ਹੈ ਮਲਤਾਨੀ ਸਾਹਿਬ ਅਸੀਂ ਇਜਾਜ਼ਤ ਦੇਉ ਤੇ ਹੋਰ ਕਾਲ ਲੈ ਲਈਏ ਇਸ ਦੇ ਬਾਰੇ ਕੋਈ ਸਤਿ ਸ਼੍ਰੀ ਅਕਾਲ ਸਰ ਵੈਕਜੀਕ ਸਰ ਹੈਲੋ ਹਾਂਜੀ ਸੱਸੀ ਕਾ ਜੀ ਲੰਬਾ ਸਾਹਿਬ ਸੱਸੀ ਕਾਲ ਕੌਣ ਬੋਲ ਰਿਹਾ ਜੀ ਮੈਂ ਰਣਵੀਰ ਸਿੰਘ ਰਾਣਾ ਬੋਲ ਰਿਹਾ ਜੀ ਲਾਸ ਏਂਜਲਸ ਤੋਂ ਹਾਂਜੀ ਰਾਣਾ ਸਾਹਿਬ ਹਾਂਜੀ ਇੱਕ ਮੇਰੇ ਦਿਮਾਗ ਚ ਕੁਐਸਚਨ ਆਇਆ ਜਿਹੜਾ ਕਿ ਬਹੁਤ ਦੇਰ ਤੋਂ ਸੀ ਬਾਬਾ ਦੀਪ ਸਿੰਘ ਜੀ ਲਈ ਜੀ ਇਹ ਮੈਂ ਪਹਿਲਾਂ ਕੁਐਸਚਨ ਕਰਨ ਤੋਂ ਪਹਿਲਾਂ ਤੁਹਾਡੇ ਚਰਣਾ ਤੋਂ ਤੇ ਸੰਗਤ ਜੀ ਚਰਣਾ ਤੋਂ ਮਾਫੀ ਮੰਗ ਰਿਹਾ ਹਾਂ ਕਿ ਜਿਹੜੇ ਉਹਨਾਂ ਦੀ ਸ਼ਹੀਦੀ ਜਿਹੜੀ ਹੋਈ ਹਾਂ 2 ਮੀਲ ਤੋਂ ਚੱਲ ਕੇ ਹੱਥ ਤੇ ਸਿਰ ਰੱਖ ਕੇ ਸ਼ਿੱਧੀ ਹੋਈ। ਬਸ ਇਹ ਸਾਰੇ ਜਾਣਦੇ ਮਹਾਨ ਸ਼ਿੱਧੀ ਆ। ਪਰ ਜਿਹੜੀ ਇੱਥੇ ਬੱਚੇ ਪੈਦਾ ਹੁੰਦੇ ਹੋਏ ਆ ਇਹ ਸੈਂਟੀਫਿਕ ਤਰੀਕੇ ਨਾਲ ਸੋਚਦੇ ਆ। ਜੀ। 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 ਉਹ ਮੀ ਲੋਕ ਉਸ ਤਰ੍ਹਾਂ ਕਿ ਚੱਲਿਆ ਜੀ ਮੂਜ਼ਾ ਮੂਜ਼ਾ ਕਰਾਮਤ ਇਸਤਦਰਾਜ ਇਹ ਸਾਰੇ ਧਾਰਮਿਕ ਖੇਤਰ ਦੇ ਵਿੱਚ ਬਹੁਤ ਮੂਜ਼ੇ ਐਸੇ ਹੁੰਦੇ ਹਨ ਔਰ ਜਿਹੜੇ ਜਿਹੜੇ ਵਾਪਰਦੇ ਹਨ ਗੁਰੂ ਸਾਹਿਬ ਦੇ ਨਾਲ ਵੀ ਐਸੀਆਂ ਕਈ ਚੀਜ਼ਾਂ ਹੋਈਆਂ ਜਿਹੜਾ ਕੋਈ ਮਕਸਦ ਨਹੀਂ ਹੁੰਦਾ ਉਹਨਾਂ ਨੂੰ ਦੱਸਣ ਦਾ ਜਾਂ ਕਰਨ ਦਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਇੱਕੋ ਗੱਲ ਕਹੀ ਸੀ ਉਸ ਵੇਲੇ ਦੇ ਕ੍ਰੋਨਿਕਲਸ ਦੇ ਵਿੱਚ ਤੁਸੀਂ ਇਹ ਇਹ ਕਹਿ ਦੋ ਕਿ ਤੁਹਾਨੂੰ ਕਰਾਮਾਤ ਨਹੀਂ ਆਉਂਦੀ ਅਸੀਂ ਤੁਹਾਨੂੰ ਛੱਡ ਦਿਆਂਗੇ ਪਰ ਤੁਸੀਂ ਵੇਖੋਗੇ ਜਿੰਨੇ ਉਸ ਵੇਲੇ ਦੇ ਕ੍ਰੋਨਿਕਲਸ ਪਰਸ਼ੀਅਨ ਹਨ ਗੁਰੂ ਸਾਹਿਬ ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਮੈਨੂੰ ਨਹੀਂ ਆਉਂਦੀ ਔਰ ਨਾਲ ਇਹ ਵੀ ਕਹਿ ਦਿੱਤਾ ਕਿ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕਹਿਆ ਵਤਲਾਜਾ ਕਈ ਦਫਾ ਐਸੇ ਕਰਿਸ਼ਮੇ ਵਾਪਰਦੇ ਹਨ ਜਿਵੇਂ ਇੱਕ ਹੋਰ ਕਰਿਸ਼ਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵਾਪਰਿਆ ਸੀ ਜਦੋਂ ਕਿ ਉਸ ਹਰਮੰਦਰ ਸਾਹਿਬ ਨੂੰ ਇੱਕ ਚਰਚ ਵਿੱਚ ਬਣਾਉਣ ਦਾ ਪਲਾਨ ਬਣਾਇਆ ਗਿਆ ਤਾਂ ਇੱਕ ਬਿਜਲੀ ਦਾ ਗੋਲਾ ਸੰਗਤ ਦੇ ਵਿੱਚ ਆ ਕੇ ਫਟਿਆ ਸੀ ਜਿਸ ਦੀ ਇਬਾਰਤ ਕੋਈ ਬਹੁਤ ਪੁਰਾਣੀ ਨਹੀਂ ਹੈ ਉਹ ਕਈਆਂ ਦੇ ਸਾਹਮਣੇ ਵਾਪਰੀ ਘਟਨਾ ਸੀ ਔਰ ਇਹ ਇਤਿਹਾਸ ਤਾਂ ਇਤਨਾ ਨਵਾਂ ਹੈ ਕਿ ਅੱਜ ਵੀ ਜਿਹੜਾ ਹੈ ਉਸ ਦੇ ਉਸ ਵੇਲੇ ਦੇ ਇੱਕ ਸਮਕਾਲੀਨ ਨਾ ਕੇਵਲੇ ਅਗਰ ਤੁਸੀਂ ਧਿਆਨ ਨਾਲ ਕਿਸੇ ਵੇਲੇ ਫਿਰ ਮੌਕਾ ਮਿਲੇ ਆਪਨਾ ਸਾਂਝੇ ਕਰਾਂਗੇ ਜਿਸ ਤਰ੍ਹਾਂ ਅਖਬਾਰੇ ਦਰਬਾਰ-ਏ-ਮਵਾਲਾ ਜਿਹੜਾ ਕਿ ਮੁਗਲ ਬਾਦਸ਼ਾਹ ਦੇ ਉਸ ਵੇਲੇ ਦੇ ਕ੍ਰੋਨਿਕਲਸ ਹਨ ਜਿਹੜੇ ਅਖਬਾਰ ਨਵੀਸ ਹਨ ਉਨ੍ਹਾਂ ਦੇ ਵਿੱਚ ਵੀ ਕਈ ਐਸੀਆਂ ਘਟਨਾਵਾਂ ਦਾ ਜ਼ਿਕਰ ਹੈ। ਔਰ ਇੱਥੇ ਤੱਕ ਉਸ ਮੂਜਜ਼ਾ ਮੂਜਜ਼ਾ ਦਾ ਜ਼ਿਕਰ ਹੈ ਕਿ ਬਾਬਾ ਬੰਦਾ ਬਹਾਦਰ ਨੂੰ ਇਹ ਸਰਕਾਰੀ ਰਿਕਾਰਡ ਦੇ ਵਿੱਚ ਲਿਖਿਆ ਹੈ ਕਿ ਬਾਬਾ ਬੰਦਾ ਬਹਾਦਰ ਨੂੰ ਜਿਸ ਵੇਲੇ ਪਿੰਜਰੇ ਦੇ ਵਿੱਚ ਬੰਦ ਕੀਤਾ ਸੀ ਉਸ ਦੇ ਵਿੱਚ ਇੱਕ ਸਿਪਾਹੀ ਸੀ ਜਿਹੜਾ ਨੰਗੀ ਤਲਵਾਰ ਲੈ ਕੇ ਖੜਾ ਸੀ ਮਗਰ ਉਸ ਸਿਪਾਹੀ ਨੂੰ ਸੰਗਲ ਦੇ ਨਾਲ ਉਹਦੇ ਪੈਰਾਂ 'ਚ ਸੰਗਲ ਪਾਈ ਸੀ ਕਿ ਭੱਜ ਨਾ ਜਾਏ ਕਿਉਂਕਿ ਇਹ ਖਦਸ਼ਾ ਸੀ ਕਿ ਬਾਬਾ ਜੀ ਪਿੰਜਰੇ ਵਿੱਚੋਂ ਨਿਕਲ ਜਾਂਦੇ ਹਨ। ਸੋ ਇਸ ਤਰ੍ਹਾਂੀਆਂ ਕਈ ਘਟਨਾਵਾਂ ਵਾਪਰੀਆਂ ਹਨ ਜਿਹੜੀਆਂ ਮਿਸਟਿਸਿਜ਼ਮ ਦਾ ਖੇਤਰ ਹਨ ਉਹਨਾਂ ਦੇ ਉੱਤੇ ਅਸੀਂ ਆਪ ਨਾਲ ਫਿਰ ਕਿਸੇ ਵੇਲੇ ਪੂਰੇ ਵਿਸਥਾਰ ਸਤ ਵਿਚਾਰ ਕਰਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨ ਹੈ ਹੈਲੋ ਜੀ ਹੈਲੋ ਹੈਲੋ ਹਾਂਜੀ ਹਾਂਜੀ ਮੈਂ ਨਾਮਾ ਸ hẳn ਗੱਲ ਕਰਨੀ ਹੈ ਹਾਂ ਮੈਂ ਬੋਲ ਰਹੀ ਹਾਂ ਜੀ ਤੁਸੀਂ ਆਪ ਟੀਵੀ ਦੀ ਆਵਾਜ਼ ਬੰਦ ਕਰ ਦਿਓ ਮੇਰੇ ਨਾਲ ਗੱਲ ਹੋ ਜਾਏਗੀ ਹਾਂਜੀ ਸਸਿਕਾ ਸਸਿਕਾ ਮੈਂ ਐਟਲੰਟਾ ਜਾਰਜਾ ਤੋਂ ਬੋਲ ਰਹੀ ਹਾਂ ਹਾਂਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮਨਿੰਦਰ ਕੌਰ ਹਾਂਜੀ ਹਾਂਜੀ ਮਨਿੰਦਰ ਜੀ ਹਾਂਜੀ ਅੰਕਲ ਜੀ ਮੈਂ ਰੀਅਲੀ ਥੈਂਕਸ ਕਰਦੀ ਆ ਕਿ ਤੁਸੀਂ ਸਾਨੂੰ ਉਹ ਜਿਹੜਾ ਹਰਮੰਦਰ ਸਾਹਿਬ ਬਾਰੇ ਦੱਸਿਆ ਨਾ ਬਾਬਾ ਦੀਪ ਸਿੰਘ ਜਿਹੜੇ ਆਈਕਨ ਬਾਰੇ ਜੀ ਅ ਰੀਲੀ ਥੈਂਕ ਯੂ ਤਾਂ ਦਵੋਟ ਬੋ ਜਦੋਂ ਕਿ ਸਾਨੂੰ ਉਹਦੇ ਬਾਰੇ ਪਤਾ ਲੱਗਾ ਅਸੀਂ ਮੈਂ ਹੁਣ ਇਸ ਵਾਰ ਹੀ ਗਈ ਸੀ ਤੇ ਮੈਨੂੰ ਜਦੋਂ ਅਸੀਂ ਉੱਥੇ ਗਏ ਤੇ ਹੁਣ ਉੱਥੇ ਉਹ ਨਹੀਂ ਸੀ ਹੈਗੇ ਜਿਹੜੇ ਅੱਗੇ ਹਾਰਤੇ ਹੁੰਦੇ ਸੀ ਪਹਿਲਾਂ ਹਾਂਜੀ 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 ਤੇ ਅਸੀਂ ਆਲਵੇਜ਼ ਛੋਟੀਆਂ ਹੁੰਦੀ ਜਾਂਦੇ ਸੀ ਤਾਂ ਉੱਥੇ ਆਲਵੇਜ਼ ਨਮਸਕਾਰ ਕਹਿੰਦੀ ਸੀ ਮੱਥਾ ਟੇਕੀਦੀ ਸੀ ਪਰ ਇਸ ਵਾਰ ਨਹੀਂ ਸੀ ਹੈਗਾ ਪਰ ਹੁਣ ਜਦੋਂ ਜਾਵਾਂਗੇ ਤਾਂ ਫਿਰ ਜ਼ਰੂਰ ਅਸੀਂ ਹੁਣ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸਾਂਗੇ ਤੇ ਜ਼ਰੂਰ ਤੇ ਗੱਲਾਂ ਹੀ ਕਰਨਗੇ ਜੀ ਸੋ ਯਾ ਤੇ ਅਸੀਂ ਸਿਆਣੇ ਹੋ ਗਏ ਆ ਤੇ ਜਾਂ ਫਿਰ ਅਸੀਂ ਸਮਝ ਰਹੇ ਹਾਂ ਕਿ ਸਾਡੇ ਬਜ਼ੁਰਗ ਜਿਹੜੇ ਸੀ ਉਹ ਸਾਡੇ ਜਿੰਨੇ ਸਿਆਣੇ ਨਹੀਂ ਸਨ ਹਾਂਜੀ ਤੇ ਜਿਸ ਨੂੰ ਜਿਸ ਨੂੰ ਜੀ ਜਿਸ ਨੂੰ ਅਕਬਰ ﺍﻟलाबादी ਨੇ ਕਿਹਾ ਸੀ ਹਮ ਐਸੀ ਕਿਤਾਬੇ ਕਾਬਲੇ ਜ਼ਬਤੀ ਸਮਝਤੇ ਹੈ ਕਿ ਜਿਸ ਕੋ ਪੜ ਕੇ ਬੱਚੇ ਬਾਪ ਕੋ ਖਬਤੀ ਸਮਝਤੇ ਹੈ ਸ਼ਾਇਦ ਸਾਨੂੰ ਆਪਣੇ ਬਜ਼ੁਰਗਾਂ ਦੀ ਸਿਆਣਪ ਉਹਨਾਂ ਦੀ ਦ੍ਰਿੜਤਾ ਉਹਨਾਂ ਦੀ ਲਿਆਕਤ ਤੇ ਉੱਤੇ ਸ਼ੱਕ ਪੈ ਰਿਹਾ ਹੈ ਪਰ ਇੱਕ ਗੱਲ ਕਹਿਣੀ ਚਾਹਾਂਗੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਇੱਕ ਸਿੱਖ ਆਇਆ ਤਾਂ ਰੋਂਦਾ ਬਹੁਤ ਜ਼ਾਰ-ਜ਼ਾਰ ਰੋ ਰਿਹਾ ਸੀ ਤਾਂ ਹਜ਼ੂਰ ਨੇ ਕਿਹਾ ਕੀ ਹੋਇਆ ਕਹਿਣ ਲੱਗਾ ਹੱਥੋਂ ਗਾਂ ਮਰ ਗਈ ਤਾਂ ਹਜ਼ੂਰ ਹੱਸ ਕੇ ਕਹਿਣ ਲੱਗੇ ਮੈਂ ਸਮਝਿਆ ਸਵੇਰੇ-ਸਵੇਰੇ ਕੋਈ ਨਾਸਤਕ ਜਾਂ ਮਨਮੁਖ ਮੱਥੇ ਲੱਗ ਗਿਆ ਤਾਂ ਰੋ ਰਿਆ ਹੈ ਪਰ ਹੁਣ ਤਾਂ ਲੱਗਦਾ ਹੈ ਕਿ ਉਹਨਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਥੈਂਕ ਯੂ ਅੰਕਲ ਬਹੁਤ-ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਹੈਲੋ ਹੈਲੋ ਹਾਂਜੀ ਲੰਬਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੌਣ ਬੋਲ ਰਿਹਾ ਵੀਰ ਜੀ ਮੈਂ ਸੁਜੀਤ ਸਿੰਘ ਹਿੰਸਾ ਦਾ ਬੋਲ ਰਿਹਾ ਹਾਂਜੀ वेलकम जियानो ਤੁਹਾਡਾ ਪ੍ਰੋਗਰਾਮ ਦੇਖ ਕੇ ਬਹੁਤ ਇਨਫੋਰਮੇਟਿਵ ਹੈ ਤੁਸੀਂ ਬੜੀ ਤੁਸੀਂ ਟੀਵੀ ਦੀ ਆਵਾਜ਼ ਬੰਦ ਕਰ ਦਿਓ ਹੋਰ ਇਨਫੋਰਮੇਟਿਵ ਹੋ ਜਾਏਗਾ ਹਾਂ ਜੀ ਜੀ ਥੈਂਕ ਯੂ ਹਾਂ ਜੀ ਹਾਂ ਜੀ ਦੱਸੋ ਯੂ نو ਬਾਬਾ ਜੀ ਦੇ ਨਾਲ ਬਾਬਾ ਜੀ ਸਿੰਘ ਦੇ ਨਾਲ 8 ਬੰਦੇ ਸਿੰਘ ਦੇ ਨਾਲ ਚੱਲੇ ਹਾਂ ਜੀ ਕਰਨਤਾਰ ਨੂੰ ਅੱਗੇ ਜਾ ਕੇ ਜਿਸ ਤਰ੍ਹਾਂ ਕੋਲ ਵੜਦੇ ਗੋਹਿਲ ਵੜਦੇ ਕੋਲ ਹਾਂ ਜੀ ਗੋਹਿਲ ਵੜ ਤੇ ਹਾਂ ਜੀ ਲਕੀਰ ਖਿੱਚੀ ਉਹ ਜਗਾ ਉਥੋਂ 3 ਮੀਲ ਦਸ 3 ਮੀਲ ਹਾਂਜੀ ਜਿੱਥੇ ਜੀਜੀ ਰੋਡ ਜਿਹੜੀ ਕਰਨਤਾਰਨ ਜਾਂਦੀ ਆ ਹਾਂਜੀ ਉਹਦੇ ਉੱਤੇ ਇੱਕ ਗੁਰਦੁਆਰਾ ਹੈ ਪਹਿਲੇ ਤਾਂ ਲੋਕ ਇਹ ਸਮਝਦੇ ਰਹਿੰਦੇ ਸੀ ਬਹੁਤ ਹੀ ਹਾਂਜੀ ਕਿ ਉਹ ਬਾਬਾ ਦੀਪ ਸਿੰਘ ਦੀ ਜਗਾ ਇਹ ਪਹਿਲਾਂ ਬਾਬਾ ਨੌਰ ਸਿੰਘ ਦੀ ਸੀ ਹਾਂਜੀ ਜਿੱਥੇ ਹਰ ਵਾਰ ਹਰ ਗੱਡੀ ਹਰ ਹਸਕੀ ਹਾਂਜੀ ਮੈਨੂੰ ਪਤਾ ਹੈ ਜੀ ਦਰਸ਼ਨ ਕੀਤੇ ਹੈਗੇ ਆ ਇੱਕ ਫਰਾਂਗ ਲੈਂਦੇ ਵੱਲ ਬਾਬਾ ਦੀਪ ਸਿੰਘ ਦੇ ਜਗਾ ਹਾਂਜੀ ਹਾਂਜੀ ਉਤੋਂ ਲੜਦੇ ਲੜਦੇ ਜਦੋਂ ਪਹੁੰਚੇ ਆ ਚੱਕੀਵੇਂ ਦਰਵਾਜ਼ੇ ਹੋਂ ਇਹਨਾਂ ਨਵਾਂ ਗੁਰਦੁਆਰਾ ਜਿਹੜਾ ਤੁਹਾਨੂੰ ਦਿਖਾਇਆ ਹੋ ਗਿਆ ਹਾਂਜੀ ਸ਼ਹੀਦਾਂ ਦਾ ਜੀ ਸ਼ਾਹਦਾ ਜੀ ਅੱਛਾ ਅਜ ਤੋਂ ਮਤਲਬ ਪੰਜਾਬ ਪੰਜਾਬ ਦੇ ਵਿੱਚ ਜਿਹੜੀਆਂ ਤਸਵੀਰਾਂ ਸੀਗੀਆਂ ਆਰਟ ਜਿਹੜੇ ਬਣਾਉਂਦੇ ਸੀਗੇ ਹਾਂਜੀ ਉਹ ਦਖਾਉਂਦੇ ਸੀਗੇ ਬਾਬਾ ਦੀਪ ਸਿੰਘ ਦਾ ਦੇ ਹੱਥ ਦੇ ਉੱਤੇ شیر ਨਹੀਂ ਹੁੰਦਾ ਉਹਨਾਂ ਇੱਕ ਕਬਾਤ ਜਿਹੜਾ ਹੀ ਹਾਂਜੀ ਉਹ ਸੀਸ ਨੂੰ ਢਾਸਣਾ ਦੇ ਕੇ ਲੜਦੇ ਲੜਦੇ ਉੱਥੇ ਤੱਕ ਪਹੁੰਚੇ ਸੀ ਜੀ ਜੀ ਇਹ ਮੈਂ ਇਸੇ ਕ੍ਰਿਟਿਸਾਈਜ਼ ਨਹੀਂ ਕਰਦਾ ਮੈਂ ਇਹ ਸਮਝਦਾ ਜਾਂਚਿਆ ਥੋੜੇ ਸਾਡਾ ਸਮਝ ਕੋਈ ਨਹੀਂ ਪਾਦੇ ਕੋਈ ਇਹ ਸਾਡੇ ਆਰਟਿਸਟ ਜਿਹੜੇ ਹੈ ਇਹ ਥੋੜੀਆਂ ਜੀਆਂ ਸਾਡੇ ਗੁਰੂ ਸਿੱਖ ਧਾਰਮਿਕ ਥੋੜਾ ਅਦਲਾ ਬਦਲੀ ਕਰਦੇ ਰਹਿੰਦੇ ਨੇ ਹਾਂਜੀ ਐਹੀ ਹੈ ਜੇ ਨੂੰ ਠੀਕ ਹੈ ਪਰ ਸਾਡੇ ਬੱਚੇ ਜਿਹੜੇ ਆ ਉਹ ਫਿਰ ਇਸ चीज ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੇ ਆ ਇਦਾਂ ਅਸੀਂ ਇਨਕਾਰੀ ਹੁੰਦਿਆਂ ਹੁੰਦਿਆਂ ਪਤਾ ਨਹੀਂ ਅਸੀਂ ਕਿੱਥੇ ਤੱਕ ਪਹੁੰਚਾ ਦੇਾਂਗੇ ਸੋ ਸਾਨੂੰ ਉਹਨਾਂ ਨੂੰ ਸਮਝਾਣਾ ਥੋੜਾ ਮੁਸ਼ਕਲ ਹੋ ਜਾਂਦਾ ਜੀ 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 ਸੋ ਅਸੀਂ ਕੋਸ਼ਿਸ਼ ਕਰੀਏ ਬਾਣੀ ਨਾਲ ਜੁੜਨਗੇ ਬਾਣੀ ਦੀ ਉਸਤਾਕਤ ਨਾਲ ਜੁੜਨਗੇ ਜਿਹੜੀ ਹੁਣੇ ਇੱਕ ਬੀਬੀ ਜੀ ਨੇ ਵੀ ਤੇ ਹੋਰ ਸਾਈ ਸਾਹਿਬ ਤੋਂ ਕੈਲੀਫੋਰਨੀਆ ਤੱਕ ਦੱਸਿਆ ਤੇ ਸਾਡੀਆਂ ਜਿੰਨੀਆਂ ਇਤਿਹਾਸਿਕ ਯਾਦਗਾਰਾਂ ਹੈਗੀਆਂ ਹਾਂਜੀ ਸਾਡੇ ਉਹ ਪਹਿਲੇ ਸੰਤ ਕਮਲੀ ਵਾਲੇ ਹੁੰਦੇ ਸੀ ਹੁਣ ਬਾਬਾ ਰਬਾਨ ਸਿੰਘ ਹੋਣੀ ਨੇ ਹਾਂਜੀ ਏ ਐਸਜੀਪੀਸੀ ਨੂੰ ਕਰੋੜਾ ਰੁਪਏ ਰਿਸ਼ਵਤ ਦੇ ਕੇ ਇਹ ਸੇਵਾ ਲੈਂਦੇ ਨੇ ਮੈਂ ਇਸ ਦੇ ਬਾਰੇ ਗੱਲ ਕਰਾਂ ਮਟਾਈ ਜਾਂਦੇ ਜੀ ਮੈਂ ਇਹਦੇ ਬਾਰੇ ਨਹੀਂ ਕਵਾਂਗਾ ਬਾਕੀ ਇਹ ਹੈ ਕਿ ਭਾਵੇਂ ਚਲੋ ਸਾਡੇ ਸਾਰੇ ਪੇਪਰਾਂ ਦੀ ਆਮ ਆਂਦਾ ਅਸੀਂ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਹੋਏ ਔਰ ਅਸੀਂ ਉਚੇਚੇ ਤੌਰ ਦੇ ਉੱਤੇ ਧੰਨਵਾਦੀ ਹਾਂ ਸਰਦਾਰ ਜੀਤ ਸਿੰਘ ਸਹੰਸਰਾ ਦੇ ਸਰਦਾਰ ਮੋਹਨ ਸਿੰਘ ਸਹੰਸਰਾ ਜਿਨ੍ਹਾਂ ਦਾ ਈਮੇਲ ਐਡਰੈਸ ਹੈ sbdsny@yahoo.com ਦੇ ਉੱਤੇ ਔਰ ਜਿਨ੍ਹਾਂ ਦਾ ਟੈਲੀਫੋਨ ਨੰਬਰ ਵੀ ਆਪ ਨੂੰ ਦੇਣਾ ਚਾਹਵਾਂਗੇ 5167333838 5167333838 ਸ਼ਹੀਦ ਬਾਬਾ ਦੀਪ ਸਿੰਘ ਸੋਸਾਇਟੀ ਆਫ ਨਿਊਯਾਰਕ 32 트랜센ਟ ਲੇਨ ਏਕਸਵਿਲ ਨਿਊਯਾਰਕ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪான்ਸਰ ਕੀਤਾ ਔਰ ਉਸ ਮਹਾਨ ਸ਼ਹੀਦ ਨੂੰ ਆਪਣੇ ਸ਼ਰਧਾ ਦੇ ਫੁੱਲ ਅਰਪਣ ਕੀਤੇ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਆਪ ਨੂੰ ਚੇਚੇ ਤੌਰ ਤੇ ਬੇਨਤੀ ਹੈ ਕਿ ਤੁਸੀਂ ਸਾਨੂੰ ਈਮੇਲ ਕਰਕੇ lambda@justpunjabi.com ਜਾਂ info@justpunjabi.com ਜਾਂ ਸਾਨੂੰ ਖਤ ਪਾ ਕੇ ਦੱਸਣਾ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਅਗਲੇ ਹਫਤੇ ਇਸੇ ਵੇਲੇ ਇਸੇ ਟਾਈਮ 8:30 ਵਜੇ ਈਸਟਰਨ ਟਾਈਮ ਅਸੀਂ ਬੜਾ ਆਪਤੀ ਸੇਵਾ ਵਿੱਚ ਇੱਕ ਹੋਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ